tan so tera khana tan so tera khana man bairag paya bairag paya tar ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁੱਖ ਜਾਇ ਏਕ ਬਹਾਦਰ ਸਿਮਰੈ ਕਰ ਨਾਉਨ ਦਿਆਵੇ ਧਾਇ ਸਤਿਉ ਜੀ ਸਹਾਇ ਸਤਿ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਪਾਤਸ਼ਾਹ ਜੀ ਸਤਿਉ ਜੀ ਸਹਾਇ ਦਸਾਂ ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀਦਾਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਪ੍ਰਚਾਰ ਦੀਆਂ ਦੇਗਾਂ ਸਜਾ ਕੇ ਹਾਜ਼ਰ ਹਨ ਸੋ ਦਰ ਪ੍ਰਵਾਨ ਕਰੋ ਜੀ ਦਰ ਪ੍ਰਵਾਨ ਪ੍ਰਚਾਰ ਸੰਗਤਾਂ ਜੀ ਵਰਤਾਉਣ ਦੀ ਆਗਿਆ ਬਖਸ਼ ਕਰਨੀ ਭੰਡਾਰੇ ਭਰਪੂਰ ਕਰਨੇ ਪੁੱਲ ਚੁੱਕ ਮਾਫ ਕਰਨਾ ਸਰਬੱਤ ਸੰਗਤਾਂ ਦਾ ਭਲਾ ਕਰਨਾ ਆਪਣੇ ਕਰੋ ਨਾਮਦਾਰ ਗੁਰਸਿੱਖੀ ਜੀ ਬਖਸ਼ ਕਰਨਾ ਜੀ ਮਹਾਰਾਜ ਸੋ ਆਪ ਜੀ ਦੱਸਿਆ ਸੰਗਤਾਂ ਨੂੰ ਪਾਵਨ ਹੁਕਮਨਾਮਾ ਬਖਸ਼ੇ ਕਰਕੇ ਸੇਵਕ ਸਿੱਖ ਸੰਗਤਾਂ ਨੂੰ ਨਿਹਾਲ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਰਾ ਤੇ ਭਾਵੇਂ ਸਰਬੱਤ ਭਲਾ
वाहेगुरु जी का खालसा वाहेगुरु जी की फतेह। जे करे बरावे ने आओ जावे शहीदा सिंह दे मानू भावे सत श्री अकाल वाहेगुरु जी का खालसा वाहेगुरु जी की फतेह। ਕੋਟੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਸਭਨਾ ਦੇ ਆਧਾਰੀ ਨਾਨਕ ਦਾ ਸੰਤ ਪਾਛੇ ਪਰਿਓ ਰਾਗ ਲਿਹੋ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠੇ ਹੋ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਫਤਿਹ ਅੱਜ ਕਰਦਾ ਹਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਰੱਬ ਦੀ ਕਿਰਪਾ ਵੈਸੇ ਤਾਂ ਠੰਡਾ ਹੈ ਲੇਕਿਨ ਫਿਰ ਵੀ ਤੁਸੀਂ ਬੜੇ ਕੰਮਾਂ ਕਾਰਾਂ ਵਾਲੇ ਹੋ ਬੜਾ ਰੁਝੇਵੇਂ ਆ ਬੜੇ ਲੰਮੇ ਸਮੇਂ ਤੋਂ ਬੈਠੇ ਹੋ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸੁਰਿੰਦਰ ਸਿੰਘ ਜੀ ਆਸਲ ਚੇਅਰਮੈਨ ਸਾਹਿਬ ਉਹਨਾਂ ਦੇ ਚਰਨਾਂ ਵਿੱਚ ਜੋ ਚੰਦ ਮਿੰਟਾਂ ਵਿੱਚ ਮਾਤਾ ਸੁਰਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ। ਮੈਂ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਦੋਂ ਆਪਾਂ ਇੱਥੇ ਖੜ੍ਹੇ ਹੁੰਦੇ ਹਾਂ ਨਾ ਉਦੋਂ ਮੇਰੇ ਮਨ 'ਚ ਆਈ ਕਿ ਆਪਾਂ ਜਿਹੜੇ ਬਾਰਡਰ 'ਤੇ ਬੈਠੇ ਲੋਕ ਹਾਂ ਮਾਤਾ ਜੀ ਨੇ ਉਹ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਆ ਕਿ ਆਪਾਂ ਜਿੰਨੇ ਵੀ ਇੱਥੇ ਇਲਾਕੇ ਦੇ ਵਿੱਚ ਸਾਰੇ ਬਹੁਤ ਵਾਰ ਇਕੱਠੇ ਹੋਏ ਹਾਂ ਆਪਾਂ ਕੋਸ਼ਿਸ਼ ਕਰੀਏ ਵੀ ਨਸ਼ਾ ਜਿਹੜਾ ਆਪਣੇ ਇਲਾਕੇ ਦੇ ਵਿੱਚੋਂ ਕੱਢੀਏ। ਇਹੋ ਮਾਤਾ ਜੀ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਆ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੀ ਗੱਲ ਆ ਕਿ ਜਿਹੜੇ ਦੱਸਿਆ ਕਿ 100 ਸਾਲ ਤੋਂ ਉੱਤੇ ਹੋ ਕੇ ਜਾ ਕੇ ਜਾਣਾ ਫਿਰ ਆ ਕੇ ਸਾਰੇ ਪਰਿਵਾਰ ਨੂੰ ਮੈਂ ਵੇਖਿਆ ਕਿ ਸਾਰਾ ਪਰਿਵਾਰ ਆਪਣਾ ਸਹਿਤ ਕਰਕੇ ਰੱਖਿਆ ਇਹ ਬੜੀ ਵੱਡੀ ਗੱਲ ਹੁੰਦੀ। ਇਹ ਸਾਰੀ ਬਾਬਿਆਂ ਦੇ ਸਿੱਟੇ ਜਾਣੀ ਅਤੇ ਪਰਿਵਾਰ ਨੂੰ ਆਪਦੇ ਸਹੀ ਸ਼ਾਮ ਤੋਂ ਸਾਰਿਆਂ ਨੂੰ ਸੈੱਟ ਕਰਨਾ ਸਾਰਿਆਂ ਨੇ ਉਸ ਸਭ ਵੇਖਣਾ ਕਰਨਾ ਅਤੇ ਬੜੀ ਵੱਡੀ ਗੱਲ ਹੈ। ਮੈਂ ਇਹਨਾਂ ਸ਼ਬਦਾਂ ਨੇ ਮਹਾਰਾਜ ਦੀ ਸ਼ਰਧਾ ਖੁਰਪੇ ਕਰਦਾ ਅਤੇ ਗੁਰੂ ਮਹਾਰਾਜ ਬੇਨਤੀ ਕਰਦਾ ਸੱਚੇ ਪਾਤਸ਼ਾਹ ਨੂੰ ਆਪਦੇ ਚਰਨਾਂ ਨਿਵਾਸ ਬਖਸ਼ੇ ਪਰਿਵਾਰ ਭਾਣਾ ਬਚਦਾ ਪਰ ਵਾਹਿਗੁਰੂ ਜੀ ਕਾ। ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਤੁਸੀਂ ਹੋ ਜੀ। ਜਦ ਤੁਹਾਡਾ ਸਿਰ ਤੁਹਾਡਾ ਹੱਥ ਮੇਰੇ ਸਿਰ 'ਤੇ ਆ ਤਾਂ ਮੈਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਆ। ਇਸ ਕਰਕੇ ਭਰਾਓ ਮਾਂ ਦੀ ਜਿਹੜੀ ਮਹੱਤਤਾ ਹੈ ਦੁਨੀਆ ਦੇ ਵਿੱਚ ਉਸ ਤੋਂ ਵੱਧ ਕੋਈ ਮਹੱਤਤਾ ਨਹੀਂ। ਅੱਜ ਮੈਂ ਆਪਣੇ ਵੱਲੋਂ ਔਰ ਆਪਣੇ ਛੋਟੇ ਭਾਈ ਸਰਦਾਰ ਸੁਖਪਾਲ ਸਿੰਘ ਭੁੱਲਰ ਜੋ MLA ਨੇ ਉਹ ਅੱਜ ਇੱਥੇ ਨਹੀਂ ਨੇ ਬਾਹਰ ਗਏ ਨੇ ਵਿਦੇਸ਼ ਗਏ ਨੇ ਉਹਨਾਂ ਵੱਲੋਂ ਇਸ ਪਰਿਵਾਰ ਨੂੰ ਦੁੱਖ ਸਾਂਝਾ ਕਰਦਾ ਔਰ ਅੰਤ ਦੇ ਵਿੱਚ ਇਹੀ ਕਹਿਣਾ ਹੈ ਦਿਓ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸੋ ਮੇਲ ਇੰਨੇ ਸ਼ਬਦ ਕਹਿੰਦਾ ਮੈਂ ਕਿਮਤ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਚਰਨਾਂ ਲਾ ਕੇ ਸੱਚੇ ਪਾਤਸ਼ਾਹ ਉਹਨਾਂ ਰਾਜ ਚਰਨਾਂ ਨਿਵਾਸ ਬਖਸ਼ ਸਾਰੇ ਪਰਿਵਾਰ ਨੂੰ ਸਾਥੀਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ ਇੰਨੇ ਸ਼ਬਦ ਕਹਿ ਕੇ ਮੈਂ ਉਹਨਾਂ ਸ਼ਰਧਾ ਫੁੱਲ ਕਰਦਾ ਔਰ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਜਿਹੜੇ ਆਪਦੇ ਬਹੁਤ ਕੀਮਤੀ ਟਾਈਮ ਕੱਢ ਗਿਆ ਹੈ ਜੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਿਆ ਕਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ 71 ਹੋਏ ਗੁਰੂ ਸਾਹਿਬ ਖਾਲਸਾ ਜੀ
ਸਤਿਗੁਰਾਂ ਦੇ ਮੁੱਖ ਵਾਕ ਹਨ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਨੀਕ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਨੀਕ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ, ਉਹਨਾਂ ਨੂੰ ਜੋ ਵਾਹਿਗੁਰੂ ਵੱਲੋਂ ਸਵਾਸ ਪ੍ਰਾਪਤ ਹੋਏ ਸਨ, ਪਿਛਲੇ ਜ਼ਿਲ੍ਹਾ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਪੈਣ 'ਤੇ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਨਿਮਿਤ ਸਮੁੱਚੇ ਹੀ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਵਿਛੜੀ ਆਤਮਾ ਦੇ ਭਲੇ ਵਾਸਤੇ ਪਰਸੋਂ ਰੋਜ਼ ਤੋਂ ਗੁਰੂ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾਏ ਸਨ। ਸੰਪੂਰਨ ਭੋਗ ਪਏ ਭੋਗ ਤੋਂ ਉਪਰੰਤ ਇਸ ਵੇਲੇ ਸਤਿਗੁਰੂ ਪਾਤਸ਼ਾਹ ਵੀਰਵਾਰ ਸੱਚੇ ਪਾਤਸ਼ਾਹ ਜੀ ਖੁੱਲ੍ਹੇ ਪੰਡਾਲ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਿੰਘਾਸਨ 'ਤੇ ਵਿਰਾਜਮਾਨ ਨੇ, ਗ੍ਰੰਥ ਸੰਗਤਾਂ ਸਤਿਗੁਰਾਂ ਦੀ ਗੋਦ ਵਿੱਚ ਵਿਰਾਜਮਾਨ ਨੇ। ਮੈਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਾਂ ਕਿ ਆਓ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਵਿਛੜੀ ਆਤਮਾ ਦੇ ਭਲੇ ਵਾਸਤੇ ਪਿਆਰ ਵਾਲੇ ਚੜ੍ਹਦੀ ਕਲਾ ਵਾਲਾ ਜੱਥਾ ਆ ਬੜੇ ਪਿਆਰ ਸਹਿਤ ਉਹਨਾਂ ਪਾਸੋਂ ਗੁਰੂ ਦੀ ਬਾਣੀ ਦੇ ਕੀਰਤਨ ਸਰਵਣ ਕਰੀਏ। ਸਤਿਗੁਰਾਂ ਦੇ ਮੁੱਖ ਵਾਕ ਨੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮ ਸਿਮਰਤ ਦੇ ਸੁਖਤੇ, ਆਤਮਾ ਦਾ ਵੀ ਭਲਾ ਹੈ। ਸੋ ਆਓ ਬੜੇ ਹੀ ਪਿਆਰ ਸਹਿਤ ਮੈਂ ਸੰਗਤਾਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਾਂ ਕਿ ਆਓ ਸਤਿਗੁਰਾਂ ਦੀ ਗੁਣ ਵਿੱਚ ਬੈਠੋ, ਗੁਰੂ ਕੀ ਬਾਣੀ ਦੇ ਕੀਰਤਨ ਆਰੰਭ ਹੋਣ ਲੱਗੇ ਨੇ। ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਵਾਹੋ ਆਪ ਜੀ ਨੂੰ ਭਾਈ ਕੁਲਵੰਤ ਸਿੰਘ ਜੀ ਉੱਠੀ
देखने का चाओ, दर्शन देखने का चाओ, कंसो Thank you.
Bravo.
ਮੰਨਣਾ ਪਾੜਾ ਕੀ ਹੈ? ਪਰਮੇਸ਼ੁਰ ਦੇ ਪਾਣੇ ਵਿੱਚ ਰਹਿਣਾ ਪਾੜਾ ਕੀ ਹੈ? ਜੇ ਸੁੱਖ ਦੇ ਦਿੱਤਾ ਉਹਦੇ ਭਾਣੇ ਵਿੱਚ ਰਹਿਣਾ ਕਿ ਪਾਤਸ਼ਾਹ ਇਹ ਤੇਰਾ ਭਾਣਾ ਹੀ ਹੈ, ਤੂੰ ਸੁੱਖ ਦਿੱਤੇ, ਇੰਨੇ ਸੁੱਖ ਦਿੱਤੇ, ਇੰਨੇ ਸਾਧਨ ਦੇ ਦਿੱਤੇ, ਇੰਨਾ ਪੈਸਾ, ਧਨ ਦੌਲਤ, ਧੀਆਂ ਪੁੱਤਰ, ਹਰ ਇੱਕ ਚੀਜ਼ ਤੂੰ ਦਿੱਤੀ ਹੈ, ਇੱਥੇ ਸੁੱਖ ਤੇਰਾ ਦਿੱਤਾ ਨਹੀਂ, ਪਾਤਸ਼ਾਹ ਤੇਰਾ ਸੁੱਖ ਦਿੱਤਾ ਹੋਇਆ ਅਸੀਂ ਮਾਣਦੇ ਪਏ ਹਾਂ। ਜੇ ਦੁੱਖ ਦੇ ਦਿੱਤਾ ਤੇ ਫਿਰ ਵੀ ਪਰਮੇਸ਼ੁਰ ਨੂੰ ਕੋਈ ਲਾਂਭਾ ਨਹੀਂ। ਭਗਤ ਜਨ ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ, ਉਹ ਕੋਈ ਲਾਂਭਾ ਨਹੀਂ ਦਿੰਦੇ ਕਿ ਪਾਤਸ਼ਾਹ ਤੂੰ ਸਾਨੂੰ ਦੁੱਖ ਦੇ ਦਿੱਤਾ, ਇੱਥੇ ਮਾੜੀ ਗੱਲ ਕੀਤੀ ਨਹੀਂ। ਦੁੱਖ ਆ ਗਿਆ ਤੇ ਦੁੱਖ ਝੱਲਦੇ ਵੀ ਦੇਖੇ, ਜੇ ਸੁੱਖ ਆ ਗਿਆ ਕਿ ਪਰਮੇਸ਼ੁਰ ਦੇ ਭਾਣੇ ਅੰਦਰ ਸੁੱਖ ਮਾਣਦੇ ਨੇ, ਆਪਣੀ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਦਸਵੰਧ ਕੱਟ ਕੇ ਗਰੀਬ ਦੇ ਮੁੱਖ ਵਿੱਚ, ਉਹ ਹਨ ਭਾਣੇ ਅੰਦਰ ਰਹਿਣ ਵਾਲੇ ਗੁਰੂ ਦੇ ਸਿੱਖ। ਕੀਰਤਨ ਨੂੰ ਸੁਣਨਾ, ਬਾਣੀ ਨੂੰ ਪੜ੍ਹਨਾ, ਸਿਮਰਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕੀਰਤਨ ਨੂੰ ਸਮਝਣਾ, ਕੀਰਤਨ ਨੂੰ ਸੁਣਨਾ ਸੁਖਾਲੀ ਬਾਤ ਨਹੀਂ, ਇਹ ਬੜੀ ਕਠਿਨ ਬਾਤ ਹੈ। ਕੀਰਤਨ ਨੂੰ ਸਿੱਖਣਾ, ਕੀਰਤਨ ਕਰਨ ਵਾਸਤੇ ਕੀਰਤਨੀਏ ਬਣਨਾ, ਉਹ ਕਰਮ ਕਰਦਾ ਸੀ, ਉਹ ਠੱਗੀਆਂ ਮਾਰਦਾ ਸੀ, ਕਤਲ ਕਰਦਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਕੋਲ ਜਾ ਕੇ ਨਾਮ ਦੀ ਦਾਤ ਦਿੱਤੀ, ਸਿੱਧੇ ਰਸਤੇ ਪਾ ਕੇ ਉਸੇ ਇਲਾਕੇ ਦਾ ਉਹਨੂੰ ਤੁਸੀਂ ਦੇਖੋ ਪ੍ਰਚਾਰ ਕਰਾ ਦਿਓ ਵੀ ਹੁਣ ਤੂੰ ਪ੍ਰਚਾਰ ਕਰ, ਜਿੰਨੀਆਂ ਤੂੰ ਇਹ ਭੈੜੀਆਂ ਕ੍ਰਿਤੀਆਂ ਕੀਤੀਆਂ ਓਨਾ ਹੀ ਹੁਣ ਪੁੰਨ ਕਰ, ਪੁੰਨ ਕਰਕੇ ਆਪਣਾ ਨਾਮ ਰੱਖਣਾ। ਪਾਤਸ਼ਾਹ ਔਗੁਣ ਕੋ ਨਾ ਚਤਾਰਦਾ, ਗੱਲ ਸੇਤੀ ਲਾਇਕ, ਉਹ ਔਗੁਣ ਕੋਈ ਨਹੀਂ ਚਤਾਰਦਾ ਆਪਣਾ। ਜਦੋਂ ਤੁਸੀਂ ਇੱਕ ਵਾਰਾ ਵੀ ਜਾ ਕੇ ਪਾਤਸ਼ਾਹ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੋ, ਕਿਰਪਾ ਕਰੋ ਮੇਰੇ ਅੱਗੇ ਵੀ ਨਾਮ। ਹਰਿਮੰਦਰ ਸਾਹਿਬ ਜੀ ਦੇ ਵਿੱਚ ਲਾਈਵ ਕੀਰਤਨ ਦੇ ਵਿੱਚ ਉਹ ਸ਼ਬਦ ਸੁਣਾਉਂਦੇ, ਕੋਈ ਆਵਾ ਸੰਤ ਉਹ ਜ਼ਰੂਰ ਸੁਣਾ ਕੇ, ਕੋਈ ਬੇਨਤੀ ਰੂਪੀ ਸ਼ਬਦ ਹੈ ਉਹ ਜ਼ਰੂਰ ਸੁਣਾ ਕੇ ਜਾਣਾ। ਹਾਂ, thank you.
ਸਤਿਗੁਰੂ ਮੈਂ ਪਾਇਆ ਸਤਿਗੁਰੂ
ਦਿੱਤਾ ਪਾਇਆ ਸਾਹਿਬ ਸਿੰਘੀ ਮਨਵੰਦਨਾ ਵਾਧਾ ਰਾਗ ਰਤਨ ਪਰਵਾਰ ਹਰੀ ਨਾ ਸ਼ਬਦ ਗਾਵਣਿਆ ਨਾ ਸ਼ਬਦ ਉਤਾ ਗਾਵ ਹਰੀ ਮੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਅੰਡ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹਿਣਾ ਲੈ ਮਨ ਮੇਰੇ ਰੂਪ ਸਭ ਸਾਰਨਾ ਕਰੇ ਤੇਰਾ ਕਾਰਜ ਸਭ ਸਵਾਰਨਾ ਸਮਨਾ ਕਲਾ ਸਮਰਥ ਸੁਆਮੀ ਸੁਖ ਮਨ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਿਣਾ ਵਾਜੇ ਸ਼ਬਦ ਕਲੇ ਕਹਿ ਨਾਨਕ ਸੱਚ ਸਾਹਿਬ ਗਿਆਨ ਵੀ ਕਰਦੇ ਰਹਿ ਸਾਚਾ ਨਾਮ ਆਧਾਰ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਭਗਵਾਨ ਕਰ ਸਾਧ ਸੁਖ ਮਿਲਿਆ ਸੇ ਨਾਮ ਹਰ ਕੇ ਲਾਗੇ ਕਰੈ ਨਾਨਕ ਤੈ ਸੁਖ ਹੋਆ ਤਿਤ ਕਰਿਆ ਮਧਵਾ ਕੇ ਪਰ ਬ੍ਰਹਮ ਕਾ ਪਾਇਆ ਤੇ ਸੰਜ ਸੂਰੇ ਦੂ ਗੁਰੂ ਸੰਧਾ ਤੇ ਤਰੇ ਸੁਣੀ ਸੱਚੀ ਬਾਣੀ ਸੰਤ ਸਾਚ ਕਹੇ ਸੱਚੇ ਪੂਰੇ ਗੁਰ ਕੇ ਜਾਣ ਸੁਣਤੇ ਪਲਿਤ ਕਹਦੇ ਸਤਿਗੁਰ ਰਵਿਆ ਭਤੂਰੇ ਵਿਦਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਹਰਿ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਗੁਦਾਈ ਦਾਇਆ ਖਿਲ ਸਗਲ ਜਗਤ ਚੰਗਿਆ ਆਇਆ ਗਏ ਮਸਕਤ ਨਾਨਕ ਤੇ ਮੁਖਿਯੁਦਲੇ ਕੀਤੀ ਸੁੱਤੀ ਨਾਲ ਜਿਨੀ ਨਾਮ ਆਇਆ ਗਏ ਮਸਕਤ ਕਾ ਸਤਿਗੁਰ ਪ੍ਰਸਾਦ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵਾਈ ਪ੍ਰਥਮ ਭਗਵਤ ਸਿਮਰਕੈ ਗੁਰੂ ਨਾਨਕ ਧਿਆਏ ਅੰਗ ਗੁਰ ਤੇ ਅੰਮ੍ਰਿਤਾ ਰਾਮਦਾਸ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੈ ਕਰ ਨਾਨ ਦਿਆਵੇ ਧਾਇ ਸਤਿ ਜੀ ਸਹਾਇ ਸਤਿ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਪਾਤਸ਼ਾਹ ਜੀ ਸਤਿ ਜੀ ਸਹਾਇ ਦਸਾਂ ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀਦਾਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਪੰਜ ਪਿਆਰੇ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੋਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਜਾਏ ਤੇ ਗਵਾਏ ਦੇਖ ਸੁਣ ਕੇ ਆਂਡਣ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਹਿ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਾਪਤ ਸਮਤ ਲੈ ਕੇ ਇਸ ਸਮੇਂ ਤੱਕ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਮਹਿ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਾਹੀਆਂ ਚਰਖੇ ਚੜੇ ਚਲਾਏ ਗਏ ਗੁਰਦ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਵਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਹਿ ਬੋਲੋ ਜੀ ਸ੍ਰੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਹਿ ਬੋਲੋ ਜੀ ਸ੍ਰੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੇ ਨਾਮ ਚਿਤ ਅਮਨਖਾ ਸਰਖਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿ ਤਾਂ ਤਾਂ ਚਾਰੇ ਤਾਏ ਦੇਖ ਫਤਿਹ ਬਿਰਦਗੀ ਪੈਜ ਪੰਥੀ ਜੀ ਸਹਿ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਅਰਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਚੰਡ ਪੁੰਗੀ ਜੁਗੋ ਜੁਗੋ ਅਟਲ ਤ੍ਰਿਮਕਾ ਜੈ ਕਰਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰੇ ਗੁਰਧਾਮ ਜਿੰਨਾਂ ਨੂੰ ਪੰਥੋਂ ਛੋੜਿਆ ਗਿਆ
खुले दर्शन दिदारे सेवा संवाददान खालसा जी नो बख्शो। हे नमानिया दे मान ने तानिया दे तान ने ओटिया दी पोड गद्दी ते बराईमान तन तन श्री गुरु ग्रंथ साहिब पातशाह जीओ महाराज तन तन बाबा मेघ सिंह जी शहीद ब्रह्म ग्रामी वेदियां वाले छिदो चिदो गुप्त गद्दी ते बराईमान सच्चे पातशाह जी महाराज आव देह योर है हाजर अरदास समूह परिवार संगता दी दर प्रवान करनी जी महाराज कले आ सतकले आवे नानका सदे उठे जय दे बाबा का अनुसार माता सरजीत कौर जी दित्त स्वासा नु भोगदे परलोक गम करके जी मार सच्चे पातशाह जी माता जी दा सारा परिवार छोटा वड्डा पाई साहब भाई सरदार हरवंत सिंह जी सरवंत साहब भाई साहब भाई सरदार हंसा सिंह जी ते भाई साहब भाई सरदार जैमल सिंह जी समूह तथा सारे परिवार ने माता जी के दशहरे को मुख रखते हुए अपने गृह विखे श्री अखंड पाठ साहिब आरंभ करवा के मर्यादा साहब संपूर्ण सोपौने कीते नमारी वा सच्चे पातशाह जी ओगा तो उपरंत आप जी के हरियोर कीर्तन कलयुग में कीर्तन प्रधाना गुरमुख जपकी लाए ध्यान दे मावा का अनुसार आप जी के आदि सिंघा ने कीर्तन आदि हाजरी करी है महाराज सच्चे पातशाह जी महाराज कीर्तन की हाजरी पाद्या समूह संगतों को स्रोते जना तो महाराज सच्चे पातशाह जी माता कट्टा पुलों चुका माफ करनी समूह संघ की हाजरी दर प्रवान करनी तिल फुल भेटा दर प्रवान करना माता जी ने अपने चरणा नवाज बख्शी करना परिवार भाना मन का बल बख्शी करना परिवार चो आदियां ब्याहिया उपाधियां रास करना महाराज सच्चे पातशाह जी सत्ते वेपर हथ रखना जी महाराज गुरमुख परिवार की कीती हुई सेवा अलेखे लाउणी महाराज सच्चे पातशाह जी आप दे कड़ा प्रसाद दिया देखा सजा के हाजर सौ दर परिवार करो जी दर परिवार प्रसाद संगत जी वरताउण की आग्या बख्शी करनी भंडारे भरपूर करने पुल चुक माफ करना सर्वत संगतां का भला करना अपने करो नामदार गुरसिखी जी बख्शी करना जी महाराज सो आप जी दत्या संगतान को पावन हुक्मनामा बख्शे करके सेव सिख संगतान को निहाल करो जी सिख पढ़ दे सुन दे सरबत लाहे ते भावे सरबत भला वाहेगुरु जी का खालसा वाहेगुरु जी की फतेह दोहरा आगे अपने सोनेहा जे करे बरावे ने आओ जावे शहीदा सिंघां दे मन नूं भावे सत श्री अकाल वाहेगुरु जी का खालसा वाहेगुरु जी की फतेह ਕੋਟੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਸਤਿਗੁਰ ਆਇਓ ਸਰਨਾ ਤੁਹਾਰੀ ਮਿਲੇ ਸੂਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਰਹਾ ਹੋ ਅਵਰ ਨ ਸੂਜੈ ਦੂਜੀ ਠਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖਿਲ ਹੋ ਇਹ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ
सबना दे आधारी नानक दा संत पाछे परयो राग लिहो ए बारी वाहिगुरु जी का खालसा श्री वाहिगुरु जी की फतेह वाहिगुरु जी का खालसा श्री वाहिगुरु जी की फतेह सत्कार जो गुरु सवारे हो सत्संगी जनो आप वड्या पागा वाले हो जो के माता सरजीत को दिते स्वासन भुगतो हुए प्रलोगन कर गए हैं जिन्हों की बहुत ज़्यादा वडेरी उम्र सी इतों तक कि 100 साल की उम्र तो उत्ते सन। सो मापिया की सदा ही जरूरत होंगी है घर के कोई ना कोई दसते रहते हैं बहुत ज़्यादा सिक्ख्या जो घर तो मापिया तो मिलती है वो बहरों कई सज्जनों को नहीं मिलती। सो सतगुरु जी की हजूरी के अरदास बेनती समूह संगत की कि सतगुरु जी महाराज के सतसंगत उन्हों की अख को शांति बख्शन उन्होंने रूह में शांति बख्श कर परवान पाना मंदा पर बख्श कर। सो गुरमुख प्यारे हूँ अगला प्रोग्राम भाई साहब भाई सतनाम सिंह जी मनावत साहब वो संगत को दसनगे अगे संगत दो दो चार चार मिनट वास्ते जो भी आए हुए साढ़े लीडर साहबान पहुंचे हुई महान हस्तियों समिति वंड सार तो दो दो चार चार मिनट सारे टाइम देंगे। भाई साहब भाई सतनाम सिंह जी मनावा साहब वाहिगुरु जी का खालसा श्री वाहिगुरु जी साहब श्री गुरु ग्रंथ साहब महाराज सच्चे पातशाह जी की पावन पवित्र हजूरी में मिल बैठे हो। गुरु रूप गुरु खालसा साह संगत जी फतेह अर्ज करता हाँ फतेह बुलाओ वाहिगुरु जी का खालसा वाहिगुरु जी की फतेह। श्रद्धांजलि समागम शुरू करने तो पहलों अपन सत्कारयोग भैन और मातावान बेनती करांगा कि 40 मिनट तो बाद सारिया वेलियां जो घर जाके सरपंच साहब के जड़िया मर्जी गल्ला कर 40 मिनट सानू धारे दे दिओ क्योंकि ये जिहड़ा अज का समागम है साढ़े बहुत ही सत्कारयोग माता जी माता सुरजीत कौर जी जो अकाल पुरख के चरणों में जा बराजे हैं उन्होंने दशहरे के संबंध में रखे हुए श्री अखंड पाठ साहब जी के भोग तो उपरंत अंते सतगुर बोलिया मैं पिछे कीर्तन करो निर्वाण जीओ केशव गोपाल पंडित सद्यो हर हर कथा पढ़े प्राण जीओ बहुत ही सत्कारयोग डिठे सभे थाव नहीं तुद जिहा बदो पुरख बधाते तू सोहया। श्री दरबार साहब श्री हरिमंदर साहब जी दे हजूरी रागी जथा भाई साहब भाई कारज सिंह जी दमदमी टकसाल वाले उन्होंने बहुत ही रागमय कीर्तन करके संगतां नूं निहाल किया। परम सत्कारयोग खालसा जी फरीद साहब गुरबाणी अंदर बड़ा सुंदर लिखते हैं फरीदा कित्थे तेंडे मापिया जिन्नी तो जनियो हे तय पासों वे लद गए तू अजे ना पति नहीं हो। कबीर साहब बाणी अंदर बड़ा सुंदर लिखते हैं कबीर क्या जाना कि वह मरेंगे कैसा मरना होए जेकर साहब मनो ना विसरे तो सहला मरना होए। परम सत्कारयोग खालसा जी बंदा जन्मदा अपने माँ प्यो की भागी जिउंदा अपने बदले मर जाता अपनी संतान बदले काम मनुख की कहानी इस ढंग नाल संपन्न हो जाती। मैं आउंदा आउंदा देख रहा सी कि एडा वड्डा कट सरदार गुरचेत सिंह जी भुल्लर साहब बैठे ने ते कई गल्लां जिहड़ियां आपदे तो वड्डियां तो सिखण नूं मिलदियां वो तकरीबन ये गल कई बार कहें स्टेज तो कि परम सत्कारयोग खालसा जी जिस परिवार ने कदे भी तरक्की की है तो उसके पिछे किसी ना किसी औरत का जरूर हक उस्ताद मां माता गुजर कौर जी जिन्हें चारे साहबजादों को अपने हथी तोरिया अपने पति को तोरिया और हर वेले अपने
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਹੌਸਲਾ ਅਫਜ਼ਾਈ ਕਰਦੀ ਰਹੀ। ਗੁਰੂ ਇਤਿਹਾਸ, ਸਿੱਖ ਇਤਿਹਾਸ ਸਾਡੇ ਵਾਸਤੇ ਸਿੱਖਿਆਦਾਇਕ ਹੈ। ਇਸੇ ਢੰਗ ਨਾਲ ਹੀ ਸਰਦਾਰ ਹਰਬੰਸ ਸਿੰਘ ਜੀ, ਸਰਦਾਰ ਹੰਸਾ ਸਿੰਘ ਜੀ, ਸਰਦਾਰ ਜੈਮਲ ਸਿੰਘ ਜੀ, ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਹ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਹੁੰਦੀ ਹੈ ਮਾਂ ਦੁਨੀਆਂ ਵੱਲ, ਮਾਂ ਇੱਕ ਇੱਕ ਅੱਖਰ ਦਾ ਲਫ਼ਜ਼ ਹੈ, ਮੰਮੇ ਕੰਨਾਂ ਉੱਤੇ ਬਿੰਦੀ, ਲੇਕਿਨ ਜੇ ਕਿਤੇ ਉਹਦੀ ਡੰਗਿਆਈ ਵੱਲ ਜਾਇਆ ਜਾਵੇ ਤੇ ਸਮੁੰਦਰ ਦੇ ਤਲ ਨਾਲੋਂ ਵੀ ਜ਼ਿਆਦਾ ਡੰਗਿਆਈ ਹੈ। ਮਾਂ ਦੇ ਪੈਰਾਂ ਵਿੱਚ ਜੰਤ ਹੈ। ਪਰਮ ਸਤਿਕਾਰਯੋਗ ਖਾਲਸਾ ਜੀ, ਮੈਂ ਸਰਦਾਰ ਹਰਬੰਸ ਸਿੰਘ ਜੀ ਨਾਲ ਗੱਲ ਕਰ ਰਿਹਾ ਸੀ, ਔਰ ਉਹਨਾਂ ਨੇ ਬੜਾ ਸਹਿਜ ਵਿੱਚ ਆ ਕੇ ਮੈਨੂੰ ਇਹ ਗੱਲ ਕਹੀ ਕਿ ਮਨਾਵਾਂ ਜੀ ਮਾਪੇ ਮਾਪੇ ਹੁੰਦੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ। ਜਿਸ ਠਾਕਰ ਸਿਉਂ ਨਾ ਹੀ ਚਾਰਾ ਤਾਂ ਕੋ ਕੀਜੇ ਸਤ ਨਮਸਕਾਰਾ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿਉਂਕਿ ਟਾਈਮ ਬੜਾ ਹੋ ਗਿਆ ਅਤੇ ਇਹ ਸ਼ਹੀਦਾਂ ਦੀ ਧਰਤੀ ਹੈ। ਸ਼ਹੀਦ ਬਾਬਾ ਮੇਘ ਸਿੰਘ ਜੀ, ਜਿਹਦਾ ਸਥਾਨ ਇੱਥੋਂ 2-4 ਕਿੱਲੇ ਦੀ ਦੂਰੀ 'ਤੇ ਹੈ, ਮਾਤਾ ਜੀ ਨੂੰ ਜਿੰਨਾ ਚਿਰ ਵੀ ਉਹਨਾਂ ਦੇ ਸਰੀਰ ਵਿੱਚ ਸਵਾਸ ਰਹੇ ਉਹਨਾਂ ਨੂੰ ਉਸ ਮਹਾਨ ਸ਼ਹੀਦ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ। ਸੋ ਰੱਬ ਦੀ ਕਿਰਪਾ, ਵੈਸੇ ਤਾਂ ਠੰਡਾ ਹੈ ਲੇਕਿਨ ਫਿਰ ਵੀ ਤੁਸੀਂ ਸਾਨੂੰ ਬੜੇ ਕੰਮਾਂ ਕਾਰਾਂ ਵਾਲੇ ਹੋ, ਬੜਾ ਰੁਝੇਵੇਂ ਆ, ਬੜੇ ਲੰਮੇ ਸਮੇਂ ਤੋਂ ਬੈਠੇ ਹੋ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸੁਰਿੰਦਰ ਸਿੰਘ ਜੀ, ਆਸਲ ਚੇਅਰਮੈਨ ਸਾਹਿਬ, ਉਹਨਾਂ ਦੇ ਚਰਨਾਂ ਵਿੱਚ ਕਿ ਉਹ ਚੰਦ ਮਿੰਟਾਂ ਵਿੱਚ ਮਾਤਾ ਸੁਰਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ। ਹਾਜ਼ਰ ਨਾਜ਼ਰ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੁੜ ਬੈਠੀ, ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਮੇਰੇ ਤੋਂ ਪਹਿਲਾਂ ਮਨਾਵਾਂ ਸਾਹਿਬ ਨੇ ਮਾਤਾ ਬਾਰੇ ਬਹੁਤ ਕੁਛ ਦੱਸਿਆ। ਮੈਂ ਤੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਦੋਂ ਆਪਾਂ ਇੱਥੇ ਖੜ੍ਹੇ ਹੁੰਦੇ ਹਾਂ ਨਾ, ਉਦੋਂ ਮੇਰੇ ਮਨ 'ਚ ਆਈ ਕਿ ਆਪਾਂ ਜਿਹੜੇ ਬਾਰਡਰ 'ਤੇ ਬੈਠੇ ਲੋਕ ਹਾਂ, ਮਾਤਾ ਜੀ ਨੇ ਉਹ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਆ ਕਿ ਆਪਾਂ ਜਿੰਨੇ ਵੀ ਇੱਥੇ ਇਲਾਕੇ ਦੇ ਵਿੱਚ ਸਾਰੇ ਬਹੁਤ ਵਾਰ ਇਕੱਠੇ ਹੋਏ ਹਾਂ, ਆਪਾਂ ਕੋਸ਼ਿਸ਼ ਕਰੀਏ ਕਿ ਨਸ਼ਾ ਜਿਹੜਾ ਆਪਣੇ ਇਲਾਕੇ ਦੇ ਵਿੱਚੋਂ ਕੱਢੀਏ। ਇਹੋ ਮਾਤਾ ਜੀ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਆ। ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 100 ਸਾਲ ਮਾਤਾ ਨੇ ਉਮਰ ਭੋਗੀ ਆ ਅਤੇ ਤੁਸੀਂ 2 ਵਾਰਾਂ ਵਾਹਿਗੁਰੂ ਆਖਣ ਨੂੰ ਤਿਆਰ ਨਹੀਂ, ਫਿਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬੁਲਾਰੇ ਹੁੰਦੇ ਆ ਅਤੇ ਰਾਜਨੀਤਿਕ ਲੋਕ ਹੁੰਦੇ ਆ, ਇਹ ਗੱਲ ਕਹਿੰਦਿਆਂ ਕਹਿੰਦਿਆਂ ਕਹੇ ਜਾਂਦੇ ਸਰਦਾਰ ਸੁਰਿੰਦਰ ਸਿੰਘ ਜੀ ਆਸਲ ਇੱਕ ਇਸ਼ੂ ਟੱਚ ਕਰਕੇ ਗਏ। ਮੈਂ ਬੋਲਣ ਲੱਗ ਪਵਾਂਗਾ, 40 ਮਿੰਟ ਗੱਲਾਂ ਇਸ ਗੱਲ 'ਤੇ ਬੋਲਾਂਗਾ, ਲੇਕਿਨ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਵਿੰਦਰ ਸਿੰਘ ਜੀ ਵੋਟਰ ਸਾਹਿਬ, ਸਾਬਕਾ MLA ਹਲਕਾ ਪੱਟੀ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਚੰਦ ਲਫ਼ਜ਼ਾਂ ਵਿੱਚ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਅੱਜ ਆਪਾਂ ਸਾਰੇ ਮਾਤਾ ਜੀ ਅੰਤਾਰ ਦੇ ਵਿੱਚ ਸਾਰੇ ਕੱਠ ਇਕੱਠੇ ਹੋਏ ਹਾਂ, ਤਾਂ ਲੇਕਿਨ ਹਮੇਸ਼ਾ ਮਾਪੇ ਸਦਾ ਚਾਹੀਦੇ ਨੇ। ਸਿਆਣਾ ਆਖਿਆ ਹੈ ਕਿ ਆਪਣੇ ਜਿਹੜਾ ਬਜ਼ੁਰਗ ਮਾਪੇ ਦੇ ਉਹ ਘਰ ਦਾ ਡੰਡਰਾ ਕੁੰਡਾ ਹੁੰਦਾ, ਹਮੇਸ਼ਾ ਲੋੜ ਤਾਂ ਇਸ ਗੱਲ ਦੀ ਰਹਿੰਦੀ ਹੈ। ਪਰ ਬਾਕੀ ਰੁਝਾਨ ਤੋਂ ਆ ਰਹੇ ਬੰਦੇ ਜਾਣਾ ਬੜੀ ਵੱਡੀ ਗੱਲ ਆ ਕਿ ਜਿਹੜੇ ਦੱਸਿਆ ਕਿ 100 ਸਾਲ ਤੋਂ ਮੁਕਤੇ ਹੋ ਕੇ ਜਾ ਰਹੇ ਜਾਣਾ,
ਫਿਰ ਆਪਦੇ ਸਾਰੇ ਪਰਿਵਾਰ ਨੂੰ ਮੈਂ ਵੇਖਿਆ ਕਿ ਸਾਰਾ ਪਰਿਵਾਰ ਆਪਦਾ ਸਹਿਤ ਕਰਕੇ ਰੱਖਿਆ। ਇਹ ਬੜੀ ਵੱਡੀ ਗੱਲ ਹੁੰਦੀ, ਇਹ ਸਾਰੀ ਬਾਬਿਆਂ ਦੇ ਸਿਰ 'ਤੇ ਜਾ ਰਹੀ ਕਿ ਪਰਿਵਾਰ ਨੂੰ ਆਪਦੇ ਸਹੀ ਥਾਂ 'ਤੇ ਸਾਰਿਆਂ ਨੂੰ ਸੈੱਟ ਕਰਨਾ, ਸਾਰਿਆਂ ਨੇ ਉਸ ਸਭ ਵੇਖਣਾ ਕਰਨਾ, ਇਹ ਬੜੀ ਵੱਡੀ ਗੱਲ ਹੈ। ਮੈਂ ਇਹਨਾਂ ਸ਼ਬਦਾਂ ਨੇ ਮਾਤਾ ਜੀ ਦੇ ਸ਼ਰਧਾ ਖੁਰ ਭੇਟ ਕਰਦਾ ਅਤੇ ਗੁਰੂ ਮਹਾਰਾਜ ਬੇਨਤੀ ਕਰਦਾ ਸੱਚੇ ਪਾਤਸ਼ਾਹ ਨੂੰ ਆਪਦੇ ਚਰਨਾਂ ਨੂੰ ਵਾਰ ਕਰ ਪਰਿਵਾਰ ਭਾਣਾ ਭਰਾ ਸਾਡੇ ਭਾਣਾ ਬਰਦਾ ਪਰ ਵਾਹਿਗੁਰੂ ਜੀ ਕਾ। ਗ੍ਰੰਥ ਸਾਹਿਬ ਦਾ ਆਨੰਦ ਮਾਣ ਲਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਆਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਕਥਨ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਹੱਤ। ਦੁਨੀਆਂ ਦੇ ਵਿੱਚ ਜਿੰਨੇ ਵੀ ਧਰਮ ਨੇ, ਮਾਂ ਨੂੰ ਬਹੁਤ ਮਹੱਤਤਾ ਦਿੱਤੀ ਗਈ, ਪਰ ਸਿੱਖ ਧਰਮ ਦੇ ਵਿੱਚ ਸਰਵਉੱਚ ਸਥਾਨ ਜਿਹੜਾ ਹੈ ਉਹ ਮਾਤਾ ਨੂੰ ਦਿੱਤਾ ਗਿਆ। ਚਾਹੇ ਉਹ ਮਾਘ ਦੀ ਠੰਡ ਹੋਵੇ ਅਤੇ ਚਾਹੇ ਜੇਠ ਹਾੜ ਦੀਆਂ ਧੁੱਪਾਂ ਹੋਣ, ਇੱਕ ਮਾਂ ਆਪਦੇ ਪਰਿਵਾਰ ਦਾ, ਆਪਦੇ ਬੱਚਿਆਂ ਦਾ ਜਿਹੜਾ ਦੁੱਖ ਆ ਉਹ ਆਪਦੇ ਸਰੀਰ ਦੇ ਵਿੱਚ, ਆਪਦੇ ਝੋਲੀ ਦੇ ਵਿੱਚ ਪਾ ਕੇ ਰੱਖਦੀ ਹੈ ਔਰ ਉਹਨਾਂ ਨੂੰ ਤਰਤੀ ਵਾਂਗੀ ਲੱਗਦੀ। ਇਸੇ ਤਰ੍ਹਾਂ ਹੀ ਅੱਜ ਜੋ ਤਰੱਕੀ ਸਰਦਾਰ ਹਰਬੰਸ ਸਿੰਘ ਹੋਣਾ ਨੇ ਅਤੇ ਬਾਕੀ ਦੋਵਾਂ ਭਰਾਵਾਂ ਨੇ ਜੋ ਕੀਤੀ ਹੈ, ਉਹ ਮਾਤਾ ਜੀ ਦੀ ਸੂਝ ਬੂਝ, ਉਹਨਾਂ ਦੀ ਪਰਵਰਿਸ਼ ਕਰਕੇ ਅੱਜ ਇਹਨਾਂ ਮੁਰਾਦਾਂ 'ਤੇ ਪਹੁੰਚੇ। ਮੇਰੇ ਤੋਂ ਪਹਿਲਾਂ ਇਸ ਤਰ੍ਹਾਂ ਦੱਸਿਆ ਗਿਆ ਕਿ ਇੰਨਾ ਵੱਡਾ ਇਕੱਠ, ਇਹ ਇਕੱਠ ਤਾਂ ਹੀ ਹੁੰਦੇ ਨੇ ਜੇ ਪਰਿਵਾਰਾਂ ਦਾ ਮੇਲ ਮਿਲਾਪ ਹੋਵੇ ਅਤੇ ਸੁਚੱਜੀ ਸੋਚ ਹੋਵੇ, ਤਾਂ ਹੀ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਇਕੱਠ, ਇੰਨੇ ਲੋਕ ਜਿਹੜੇ ਉੱਥੇ ਪਹੁੰਚਦੇ। ਇੱਕ ਕਹਾਣੀਕਾਰ ਨੇ ਬਹੁਤ ਹੀ ਵਧੀਆ ਗੱਲ ਲਿਖੀ ਹੈ, ਕਹਿੰਦੇ ਨੇ ਗਰੀਬ ਮਾਤਾ ਸੀ, ਉਹਨੇ ਆਪਦੇ ਪੁੱਤਰ ਨੂੰ ਪਰਵਰਿਸ਼ ਕੀਤੀ, ਪੜ੍ਹਾਇਆ ਲਿਖਾਇਆ ਔਰ ਮਹਾਰਾਜ ਦੀ ਬਖਸ਼ਿਸ਼ ਹੋਈ, ਉਹ ਬਹੁਤ ਵੱਡੇ ਮੁਰਾਬਤਿਆਂ 'ਤੇ ਪਹੁੰਚ ਗਿਆ ਪੜ੍ਹ ਲਿਖ। ਉਹਦੇ ਥੱਲੇ ਕੋਈ 8-10 ਹਜ਼ਾਰ ਮੁਲਾਜ਼ਮ ਜਿਹੜਾ ਉਹ ਨੌਕਰੀ ਕਰਨ ਲੱਗ ਪਿਆ। ਮਾਂ ਦਾ ਇੱਕ ਦਿਨ ਜੀ ਕੀਤਾ ਅਤੇ ਉਹ ਆਪਦੇ ਪੁੱਤਰ ਨੂੰ ਮਿਲ ਸ਼ਹਿਰ ਗਈ। ਜਦ ਸ਼ਹਿਰ ਗਈ ਤਾਂ ਉਹਦੇ ਦਫ਼ਤਰ ਚਲੇ ਗਏ। ਦਫ਼ਤਰ ਜਾ ਕੇ ਉਹਨੇ ਦੇਖਿਆ ਵੀ ਬੜਾ ਆਲੀਸ਼ਾਨ ਦਫ਼ਤਰ ਆ, ਬੜਾ ਵਧੀਆ ਉਹਦਾ ਸਿਸਟਮ ਆ, ਕਈ ਹਜ਼ਾਰਾਂ ਲੋਕ ਉਹਦੇ ਥੱਲੇ ਕੰਮ ਕਰ ਰਹੇ ਆ। ਅਤੇ ਉਹਨੇ ਆਪਦੇ ਪੁੱਤਰ ਦੇ ਸਿਰ 'ਤੇ ਹੱਥ ਰੱਖ ਕੇ ਇੱਕ ਸਵਾਲ ਕੀਤਾ, ਕਹਿੰਦੀ ਪੁੱਤਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ। ਕਹਿੰਦੇ ਦੱਸੋ ਮਾਤਾ ਜੀ। ਕਹਿੰਦੇ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਕੌਣ ਆ? ਪੁੱਤਰ ਨੇ ਥੋੜ੍ਹੀ ਦੇਰ ਸੋਚਿਆ ਅਤੇ ਕਹਿੰਦਾ ਮਾਤਾ ਜੀ ਮੈਂ। ਮਾਂ ਨੂੰ ਬੜਾ ਦੁੱਖ ਲੱਗਾ ਕਿ ਜਿਹੜਾ ਮੇਰਾ ਪੁੱਤਰ ਹੈ ਹੰਕਾਰਿਆ ਗਿਆ ਹੈ, ਇਹਦੇ ਵਿੱਚ ਹੋਮੇ ਆ ਗਈ ਆ, ਇਹਨੂੰ ਗਰੂਰ ਹੋ ਗਿਆ ਆਪਦੇ ਪੈਸੇ ਦਾ। ਉਹ ਉੱਠ ਕੇ ਅਤੇ ਤੁਰ ਪਈ, ਤੁਰ ਪਈ ਅਤੇ ਜਦ ਦਰਵਾਜ਼ੇ 'ਚ ਪਹੁੰਚੀ ਅਤੇ ਕਹਿੰਦੀ ਆਪਦੇ ਪੁੱਤ ਵੱਲ ਵੇਖਿਆ, ਅੱਖਾਂ 'ਚ ਅੱਥਰੂ ਸੀ। ਕਹਿੰਦੀ ਮਾਤਾ ਕੀ ਗੱਲ ਹੈ? ਪੁੱਤ ਨੇ ਕਿਹਾ, ਕਹਿੰਦੀ ਤੇਰੇ ਵਿੱਚ ਗਰੂਰ ਆ ਗਿਆ, ਤੂੰ ਮੇਰਾ ਉਹ ਪੁੱਤਰ ਨਹੀਂ ਰਿਹਾ ਜੋ ਸੀ, ਜਿਹਦੀ ਕਲਪਨਾ ਮੈਂ ਕੀਤੀ ਸੀ, ਜਿਹਦੇ ਵਾਸਤੇ ਮੈਂ ਇੰਨੀ ਪਰਵਰਿਸ਼ ਕੀਤੀ ਸੀ। ਕਹਿੰਦਾ ਦੱਸੋ ਮਾਤਾ ਕਿਉਂ? ਕਹਿੰਦੇ ਮੈਂ ਤੈਨੂੰ ਸਵਾਲ ਕੀਤਾ ਸੀ ਕਿ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਕੌਣ? ਤੁਸੀਂ ਕਿਹਾ, ਤੂੰ ਕਿਹਾ ਪੁੱਤਰ, ਪੁੱਤਰ ਤੂੰ ਕਿਹਾ ਕਿ ਮੈਂ। ਕਹਿੰਦਾ ਮਾਂ ਠੀਕ ਕਿਹਾ, ਕਿਉਂਕਿ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਤੁਸੀਂ ਹੋ। ਜਦ ਤੁਹਾਡਾ ਸਿਰ, ਤੁਹਾਡਾ ਹੱਥ ਮੇਰੇ ਸਿਰ 'ਤੇ ਆ, ਤਾਂ ਮੈਂ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ ਆ। ਇਸ ਕਰਕੇ ਭਰਾਓ, ਮਾਂ ਦੀ ਜਿਹੜੀ ਮਹੱਤਤਾ ਹੈ ਦੁਨੀਆਂ ਦੇ ਵਿੱਚ, ਉਸ ਤੋਂ ਵੱਧ ਕੋਈ ਮਹੱਤਤਾ ਨਹੀਂ। ਅੱਜ ਮੈਂ ਆਪਣੇ ਵੱਲੋਂ ਔਰ ਆਪਣੇ ਛੋਟੇ ਭਾਈ ਸਾਹ ਸੁਖਪਾਲ ਸਿੰਘ ਭੁੱਲਰ ਜੋ MLA ਨੇ, ਉਹ ਅੱਜ ਇੱਥੇ ਨਹੀਂ ਨੇ, ਬਾਹਰ ਗਏ ਨੇ, ਵਿਦੇਸ਼ ਗਏ ਨੇ, ਉਹਨਾਂ ਵੱਲੋਂ ਇਸ ਪਰਿਵਾਰ ਨੂੰ ਦੁੱਖ ਸਾਂਝਾ ਕਰਦਾ। ਔਰ ਅੰਤ ਦੇ ਵਿੱਚ ਇਹੀ ਕਹਿਣਾ ਹੈ, ਦਿਓ ਸੱਜਣ ਅਸੀਸੜੀਆਂ ਜੋ ਹੋਏ ਸਾਹਿਬ ਸੋ ਮੇਲ, ਇੰਨੇ ਸ਼ਬਦ ਕਹਿੰਦਾ ਮੈਂ ਕਿਮਤ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਅਨੂਪ ਸਿੰਘ ਜੀ ਭੁੱਲਰ, ਜਿਨ੍ਹਾਂ ਨੇ ਇੱਕ ਪੁੱਤਰ ਔਰ ਇੱਕ ਮਾਤਾ ਦੀ ਕਹਾਣੀ ਤੁਹਾਡੇ ਸਾਹਮਣੇ ਰੱਖੀ ਹੈ।
परम सत्कारयोग खालसा जी, मैं बेनती करा, अकबर दुनिया का जेतू बादशाह होया, मैदाने जंग विच सी, माता चढ़ाई कर गई, सीधा अपने महिला वालों लड़ाई विच छड़ के पहुँच गया, दिन चढ़िया माता नूं दफना के फिर अपने महिला विचों थले उतरिया, वजीरों सारियां उहदे जरनैलों ने यह गल कही कि बादशाह गल की है तेरे मूँह उत्ते उरवानगी नहीं, कहिंदा मैं दुनिया का जेतू बादशाह हाँ, लोग मैनू अकबर बादशाह के नाँ नाल याद करते हैं, लेकिन अज इन्हां महिला विचों अज तो बाद वे अकबरा मैनू किसी नहीं कहे, जिहड़ा वे अकबरा कहन दा अधिकार है वह केवल तो केवल उहदी माँ नूं है। सो इस गल विच कोई शक नहीं, मावां ठंडियां छावां, छावां कौन करे, माँ एक ऐसा लफ्ज है, एक माँ बोर्ड दी छां ते रब दा नाम प्यारे इको है। इस तो पहलों कि मैं इस इलाके की उस नामवर शख्सियत नूं तुहाडे सामने करा, कुछ सज्जना दे मेरे कोले नां आए ने जिन्हां विच बहुत ही सत्कारयोग सरदार करमजीत सिंह जी मिठा माड़ी मेगा, सरदार जसकरन सिंह जी तूत एडवोकेट, सरदार गुरतेग सिंह जी भुल्लर, सरदार अमृतवीर सिंह जी बिटू, सरदार बिक्रम सिंह जी भुल्लर, बाबा साहब सिंह जी गुजरपुरा, जो सिक्की साहब का संदेश भी वो लैके आए ने, धन्यवाद। जरनैल सिंह जी चेयरमैन अलगों, सरपंच सार सिंह दासूआ, अमरीक सिंह जी आसल, बलजीत सिंह चूंग, बखशीर सिंह जी दरिया, मास्टर बलदेव सिंह जी मक्की, सरवन सिंह जी लाटी मक्की, सरपंच रणजीत सिंह जी राणा, साहब सिंह जी चकवालियाँ, प्रताप सिंह जी माछीके, सबका सरपंच गुरमीत सिंह जी हवेलियाँ, रणजीत सिंह माणे के, निर्मल सिंह सरपंच राजो के, सुखचैन सिंह सबका सरपंच डल, सरपंच बलवीर सिंह हवेलियाँ झाड़ साहब, प्रताप सिंह जी कोटली सुख महमूदपुरा, डॉक्टर बलकार सिंह जी योग सिंह वाला, इंद्रवीर सिंह जी पहूविंड जसवां तारा सिंह, सरपंच पलविंदर सिंह जी विक्की डिब्बीपुर, सरपंच दविंदर सिंह जी मलका, सतबीर सिंह जी लाडी जो प्रोफेसर जगीर सिंह जी के सपुत्र ने वो भी आए ने जी आया, सतबीर सिंह जी लाडी, जसकरन सिंह जी तूत, बहुत सारिया शख्सियत, सरदार लखा सिंह जी गिल साहब बैठे ने, बहुत सारिया शख्सियत ऐसा रह गई हो जिन्हों का मैं नाम ना ले सकया हुआ, अनजान समझ के माफ कर दो, और बहुत ही निम्रता सहित बेनती करांगा, सरदार गुरचेत सिंह जी भुल्लर उन्होंने आने तो पहलों जिहड़ी गल सरदार सुरिंदर सिंह जी कह के गए सन, भुल्लर साहब संगत बैठी है, मैं इस करके कहा उन्हां दी गल का जवाब देना बड़ा जरूरी है, क्योंकि अज पंजाब दे विच जिहड़ी तुहाडी सरकार बनी है, जिस सरकार का तुसीं आनंद ले रहे हो, वह केवल तो केवल दो इशुआ उत्ते बनी है, दो इशू, एक धन गुरु ग्रंथ साहिब महाराज सच्चे पातशाह की होई थावां थावां ते बेअदबी, और दूसरा पंजाब दे विच इन्ने जोर की नशा कि जिस तरह कोई भी किसी प्रांत दे विच कोई बीमारी फैले तो उहदा सेक हर घर नूं लगता है, ये जिहड़ा मगरला 10-12 साल तो नशे की गिरफ्त ने हर परिवार को किसी रिश्तेदार को भैन भरावां नूं सानू अपनी गिरफ्त में लिया है। लेकिन सरकार बनने तो पहलों एक रैली में कैप्टन अमरिंदर सिंह जी ने पवित्र गुड़का साहब की सहु खा के गल कही सी कि मैं पंजाब दे विचों नशा खत्म करांगा, रात में तुसीं भी डिबेटा सुनते हो, हुण तुसीं कोई अंजान नहीं रह के इत्थे स्टेज पर खलो के कोई बंदा झूठ बोल जाए तो उत्थे तुरिया जांदे हो बाह फड़ के कहोगे उत्थे की कह रहा सी, वो कई गल्लां नूं टच करते हैं कि तुसीं 8 दिनों की गल की। लेकिन वीरो मैं एक गल तुहानूं दसनी चाहुंदा, तुसीं सारे इस हल्के दे बहुते बंदे बैठे हो जिहदे विच इंज लगता सी जिवें अफगानिस्तान वर्गा राज होवे, इंज लगता सी
ਕਿ ਇੱਥੋਂ ਦਾ ਰਾਜ ਭਾਗ ਕਰਨ ਵਾਲੇ ਲੋਕ ਨਸ਼ਿਆਂ ਦੇ ਸੌਦਾਗਰ ਹੋਣ, ਲੇਕਿਨ ਇੰਨੀ ਜਲਦੀ ਇਹ ਕੋਈ ਇਹ ਚੀਜ਼ ਨਹੀਂ ਕਿ ਕੋਈ ਸ਼ਿਕਾਰੀ ਹੈ ਕਿ ਉਹਦੇ ਵਿੱਚ ਉਹ ਨਿਸ਼ਾਨਾ ਲਾ ਦੇਵੇ, ਚਾਹੇ ਉਹਨੂੰ ਆਪਣੇ ਜਾਲ ਦੀ ਗ੍ਰਿਫਤ ਵਿੱਚ ਲੈ ਕੇ ਉਹਨੂੰ ਪਕੜ ਲਵੇ। ਇਹ ਨਸ਼ੇ ਨੂੰ ਦੂਰ ਕਰਨਾ ਬਹੁਤ ਵੱਡੀ ਗੱਲ ਹੈ। ਲੇਕਿਨ ਵੀਰੋ, ਕੱਲ੍ਹ ਇੱਕ ਪ੍ਰੋਗਰਾਮ ਸੀ ਮੋਤੀ ਮਹਿਲ ਫਾਰਮ ਵਿੱਚ, ਥਾਵਾਂ ਥਾਵਾਂ 'ਤੇ ਪ੍ਰੋਗਰਾਮ ਉਹ ਜਿਹੜੇ ਰੱਖੇ ਹੋਏ ਨੇ, ਰਸਮਾਲ ਫਾਰਮ ਵਿੱਚ ਵੀ ਮੇਰੇ ਖਿਆਲ ਪ੍ਰੋਗਰਾਮ ਸੀ। ਲੇਕਿਨ ਨਸ਼ੇ ਨੂੰ ਖਤਮ ਕਰਨਾ, ਮੈਂ ਉੱਥੇ ਬੋਲਦਿਆਂ ਇੱਕ ਗੱਲ ਕਹੀ ਸੀ ਕਿ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ, ਕੋਈ SHO ਕੋਈ ਵਿਰੋਧੀ ਧਿਰ ਦਾ ਬੰਦਾ ਇਹ ਗੱਲ ਬਾਂਹ ਖੜੀ ਕਰਕੇ ਕਹਿ ਦੇਵੇ ਕਿ ਸਾਡੇ MLA ਨੇ ਕਿਸੇ ਨੂੰ ਨਸ਼ਾ ਛਡਾਉਣ ਦੇ ਸੰਬੰਧ ਵਿੱਚ, ਚਾਹੇ ਸਰਦਾਰ ਗੁਰਚੇਤ ਸਿੰਘ ਭੁੱਲਰ ਦਾ ਚਾਹੇ ਅਨੂਪ ਸਿੰਘ ਭੁੱਲਰ ਦਾ ਕਿਸੇ SHO ਨੂੰ ਫੋਨ ਆਇਆ ਹੋਵੇ, ਇਹ ਬਹੁਤ ਵੱਡੀ ਗੱਲ ਹੈ। ਲੇਕਿਨ ਨਸ਼ਾ ਖਤਮ ਕਰਨਾ ਇੰਨੀ ਸੌਖੀ ਬਾਤ ਨਹੀਂ ਜਿਹੜੀ ਸਰਦਾਰ ਸੁਰਿੰਦਰ ਸਿੰਘ ਜੀ ਕਹਿ ਕੇ ਗਏ ਆ। ਅਗਰ ਨਸ਼ੇ ਨੂੰ ਖਤਮ ਕਰਨਾ ਤਾਂ ਆਪਾਂ ਪ੍ਰਣ ਕਰੀਏ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਨਸ਼ਾ ਖਤਮ ਕਰਨਾ। ਜੇ ਅਸੀਂ ਆਪਣਾ ਪਰਿਵਾਰ ਸਾਂਭ ਲਈਏ ਤਾਂ ਮੈਂ ਸਮਝਦਾ ਸਮਾਜ ਕੋਈ ਰਾਤੋਂ ਰਾਤ ਬੰਦੇ ਜੰਮ ਕੇ 20 ਸਾਲਾਂ 'ਚ ਜਾਂ 30 ਸਾਲਾਂ 'ਚ ਨਹੀਂ ਹੁੰਦੇ ਕਿ ਤਾਂ ਉਹ ਰਾਤ ਨੂੰ ਕੋਈ ਸਮਾਜ ਬਦਲਦਾ, ਬਿਲਕੁਲ ਨਹੀਂ। ਸਮਾਜ ਅਸੀਂ ਹਾਂ, ਅਸੀਂ ਸਮਾਜ ਨੂੰ ਬਦਲਣਾ। ਔਰ ਕੈਪਟਨ ਅਮਰਿੰਦਰ ਸਿੰਘ ਨੇ 17 ਤਰੀਕ ਨੂੰ ਉਹਨੇ ਜ਼ਿਲ੍ਹਾ ਕਿਉਂ ਤਰਨ ਤਾਰਨ ਚੁਣਿਆ, ਇਸ ਗੱਲ 'ਤੇ ਵਿਚਾਰ ਕਰਕੇ ਦੇਖੋ। ਤਰਨ ਤਾਰਨ ਜ਼ਿਲ੍ਹਾ ਜਿਹੜਾ ਮਹੀਨਾ ਚੱਲ ਰਿਹਾ ਜੇਠ ਦਾ, ਇਸੇ ਜੇਠ ਦੇ ਮਹੀਨੇ ਵਿੱਚ ਪਰਮ ਸਤਿਕਾਰਯੋਗ ਖਾਲਸਾ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਆਪ 33 ਤਵੀ ਉੱਤੇ ਬਹਿ ਕੇ ਆ ਜਿਹੜੀਆਂ ਨੀਲੀਆਂ ਅਤੇ ਕਾਲੀਆਂ ਪੱਗਾਂ ਤੁਹਾਡੇ ਸਿਰ 'ਤੇ ਨੇ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਣ ਨੇ। ਔਰ ਕੈਪਟਨ ਅਮਰਿੰਦਰ ਸਿੰਘ ਨੇ 17 ਤਰੀਕ ਇਸ ਕਰਕੇ ਤਰਨ ਤਾਰਨ ਨੂੰ ਚੁਗਿਆ ਕਿ ਸਭ ਤੋਂ ਵੱਧ ਨਸ਼ਾ ਤਰਨ ਤਾਰਨ ਜ਼ਿਲ੍ਹੇ ਵਿੱਚ ਹੈ। ਇਹਦੇ ਜਿਹੜੇ ਸੌਦਾਗਰ ਨੇ, ਇਹਦੀਆਂ ਜਿਹੜੀਆਂ ਜੜ੍ਹਾਂ ਨੇ, ਉਹ ਬਹੁਤ ਡੂੰਘੀਆਂ ਨੇ। ਲੇਕਿਨ ਸਮਾਂ ਆਉਂਦੇ ਉੱਤੇ ਆਸਤਾ ਆਸਤਾ ਸਭ ਕੁਝ ਹੋਣਾ ਹੈ। ਸੋ ਮੈਂ ਜ਼ਿਆਦਾ ਲੰਮਾ ਨਾ ਚੱਲਾਂ, ਕਿਉਂਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਜਿਸ ਜਗ੍ਹਾ ਦੇ ਉੱਤੇ ਤੁਸੀਂ ਬੈਠੇ ਹੋ, ਇੱਥੋਂ 20 ਕਿਲੋਮੀਟਰ ਦੀ ਦੂਰੀ 'ਤੇ ਉਹ ਤਖ਼ਤ ਆ, ਉਹ ਸ਼ਹਿਰ ਆ ਜਿੱਥੇ ਸਿੱਖ ਰਾਜ ਸਥਾਪਿਤ ਕੀਤਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ 40 ਸਾਲਾਂ ਦੇ ਵਿੱਚ। ਇੱਕ ਬੰਦੇ ਨੂੰ ਫਾਂਸੀ ਨਹੀਂ ਲਾਈ ਗਈ। ਔਰ ਪਰਮ ਸਤਿਕਾਰਯੋਗ ਖਾਲਸਾ ਜੀ ਜਿੱਥੋਂ ਮੁਕਤ ਨਸ਼ਾ ਅੱਜ ਆਉਂਦਾ ਹੈ ਅਫਗਾਨਿਸਤਾਨ ਦੀ ਧਰਤੀ ਤੋਂ, ਉਸ ਧਰਤੀ ਨੂੰ ਜੇ ਕਿਸੇ ਨੇ ਸਰ ਕੀਤਾ, ਅੱਜ ਅਮਰੀਕਾ ਵਰਗੇ ਦੇਸ਼ ਜਿਹਨੂੰ ਦੁਨੀਆ ਦੀ ਸੁਪਰ ਪਾਵਰ ਮੰਨਿਆ ਜਾਂਦਾ ਹੈ, ਅਫਗਾਨਿਸਤਾਨ ਨੂੰ ਸਰ ਨਹੀਂ ਕਰ ਸਕਿਆ। ਲੇਕਿਨ ਜੇ ਕਿਸੇ ਨੇ ਸਰ ਕੀਤਾ ਤੇ ਉਹ ਤੁਹਾਡੇ ਵਿੱਚੋਂ ਉੱਠ ਕੇ ਸਰਦਾਰ ਹਰੀ ਸਿੰਘ ਨਰੂਏ ਨੇ ਸਰ ਕੀਤਾ, ਜਿਹੜਾ ਜੰਮੂ ਤੇ ਕਸ਼ਮੀਰ ਜਿਹਦੇ ਵਿੱਚ ਅੱਜ ਕਈ ਲੋਕਾਂ ਦੀ ਰੋਜ਼ ਰਾਤ ਨੂੰ ਜਾਨ ਜਾਂਦੀ ਹੈ, ਜੇ ਉਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਬਣਾਇਆ ਹੈ ਤੇ ਉਹ ਕੇਵਲ ਤੇ ਕੇਵਲ ਸਰਦਾਰ ਹਰੀ ਸਿੰਘ ਨਰੂਏ ਨੇ ਬਣਾਇਆ ਹੈ। ਮੈਂ ਇਸ ਕਰਕੇ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਪਿੰਡ ਹੈ, ਇਹ ਬਾਬਾ ਮੇਘ ਸਿੰਘ ਜੀ ਸ਼ਹੀਦ ਦਾ ਪਿੰਡ ਹੈ। ਮੈਨੂੰ ਇੱਥੋਂ ਦੇ ਮੇਰੇ ਨਾਨਕਿਆਂ ਦਾ ਪਿੰਡ ਹੈ, ਮੈਨੂੰ ਵੱਡਿਆਂ ਵਡੇਰਿਆਂ ਨੇ ਦੱਸਿਆ ਕਿ ਸਾਡੇ ਵੱਡਿਆਂ ਵਡੇਰਿਆਂ ਨੇ ਉਹਨੂੰ ਵੱਡੇ ਸਿਰ ਤੋਂ ਲੜਦੇ ਆਉਂਦੇ ਦੇਖਿਆ। ਸਿੱਖ ਇਤਿਹਾਸ ਦੇ ਵਿੱਚ 2 ਬੰਦਿਆਂ ਦਾ ਜ਼ਿਕਰ ਆਵੇਗਾ, ਬਾਬਾ ਮੇਘ ਸਿੰਘ ਜੀ ਸ਼ਹੀਦ ਔਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹ ਵੀ ਤੁਹਾਡਾ ਇਲਾਕਾ ਆ ਪਊ ਐਂਡ ਕੋਈ ਇੱਥੋਂ ਦੂਰ ਨਹੀਂ। ਪਰ ਸਤਿਕਾਰਯੋਗ ਖਾਲਸਾ ਜੀ, ਤੁਸੀਂ ਉਹਨਾਂ ਦੀ ਔਲਾਦ ਹੋ, ਤੁਸੀਂ ਉਹਨਾਂ ਦੇ ਪੁਰਖੇ ਹੋ, ਉਹ ਸਾਡੇ ਵੱਡੇ ਵਡੇਰੇ ਸਨ ਜਿਨ੍ਹਾਂ ਨੇ ਰਾਜ ਭਾਗ ਵੀ ਸਥਾਪਿਤ ਕੀਤੇ। ਔਰ ਅੱਜ ਉਹ ਤੁਹਾਨੂੰ ਚੇਤਾ ਭੁੱਲ ਗਿਆ, ਲੇਕਿਨ ਅਫਗਾਨਿਸਤਾਨ ਦੇ ਲੋਕਾਂ ਨੂੰ ਚੇਤਾ ਨਹੀਂ ਭੁੱਲਿਆ, ਉਹ ਤੁਹਾਡੇ ਤੋਂ ਵਾਇਰ ਲੈਣਾ ਚਾਹੁੰਦੇ ਨੇ। ਮੁਫ਼ਤ ਉਧਰੋਂ ਇਹ ਜਿਹੜੀ ਆ ਸਮਾਇਕ ਭੀਰੋਂ ਨੂੰ ਭੇਜ ਕੇ ਸਾਡਾ ਸੱਤਿਆਨਾਸ਼ ਕਰਨਾ ਚਾਹੁੰਦੇ ਆ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਖਾਲਸਾ ਜੀ ਤਿਆਰ ਹੋਈਏ। ਇਹ ਨਹੀਂ ਹੁੰਦੀ ਵੀ ਇੱਕ ਬੰਦਾ ਜਾ ਕੇ ਤੁਰਿਆ ਫਿਰੇ, ਉਹ ਬੋਲਦਾ ਫਿਰੇ, ਉਹਦੇ ਸਿਰ 'ਤੇ ਬਹੁਤੀ ਜ਼ਿੰਮੇਵਾਰੀ ਨਹੀਂ ਹੁੰਦੀ, ਲੇਕਿਨ ਤੁਸੀਂ ਸਾਰੇ ਜ਼ਿੰਮੇਵਾਰ ਹੋ। ਮੈਂ ਖਾਸ ਕਰਕੇ ਆਪਣੀਆਂ ਭੈਣਾਂ ਅਤੇ ਆਪਣੀਆਂ ਬੀਬੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਇੱਕ ਗੱਲ ਦਾ ਖਾਸ ਖਿਆਲ ਰੱਖੋ, ਖਤਰਾ ਕੋਈ ਨਹੀਂ, ਕਿਉਂਕਿ ਉਹਨੇ ਆਪਣੇ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਚੁਣਵਾ ਕੇ ਸ਼ਹਾਦਤਾਂ ਕਰਵਾ ਕੇ ਇਹ ਕੌਮ ਸਾਜੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਪਰ ਤੁਸੀਂ ਜ਼ਰੂਰ ਧਿਆਨ ਰੱਖੋ, ਤੁਸੀਂ ਜਨਨੀ ਹੋ,
ਤੁਸੀਂ ਇਸ ਕੌਮ ਨੂੰ ਉੱਪਰ ਜਾ ਸਕਦੀਆਂ ਹੋ। ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਕਹਿੰਦੀਆਂ ਹੋ ਬਿੱਟੂ ਦੇ ਪਾਪਾ ਇੰਜ ਕਰ, ਅੱਜ ਮੈਂ ਇਹਨੂੰ ਸਵੇਰੇ ਸਵੇਰੇ ਦਾ ਸਿਰ ਲੱਗੀ ਸਾ, ਹੁਣ ਬੜਾ ਰੋਇਆ, ਲੈ ਜਾ ਖੇਮ ਕਰਨ, ਲੈ ਜਾ ਅਮਰਕੋਟ ਦੇ ਵਾਲ ਕਤਲ ਕਰਾ ਕੇ ਲੈ ਆ, ਇਸ ਕੰਮ ਤੋਂ ਸੰਕੋਚ ਕਰਿਓ। ਆਹ ਬਾਬਾ ਭਾਈ ਤਾਰੂ ਸਿੰਘ ਜੀ ਕੂਲਿਆਂ ਵਾਲਾ ਜਿਹਨੇ ਇਹ ਗੱਲ ਕਹਿ ਦਿੱਤੀ ਰੱਬ ਨੂੰ ਤਾਨਾ ਮਾਰ ਕੇ, ਤੇਰੀ ਤੇ ਮੇਰੀ ਰਹਿ ਜਾਵੇ, ਮੇਰੇ ਕੇਸ ਕੱਟੇ ਨਾ ਜਾਵਣ ਜੀ, ਖੋਪਰ ਭਾਵੇਂ ਸਿਰ ਤੋਂ ਲੈ ਜਾਵੇ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰੋ ਧੀਓ, ਅਮਰਧਾਰੀ ਹੋ ਕੇ ਜੀਓ, ਇਹੋ ਮਾਤਾ ਜੀ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ। ਮੈਂ ਬਹੁਤ ਹੀ ਸਤਿਕਾਰਯੋਗ, ਜੋ ਪੰਜਾਬ ਦੀ ਰਾਜਨੀਤੀ ਵਿੱਚ ਕਦੇ ਗਿਣਤੀ ਮਿਣਤੀ ਹੋਵੇ ਤੇ ਇਮਾਨਦਾਰ ਲੋਕਾਂ ਦੀ ਗੱਲ ਚੱਲੇ, ਉਹਨਾਂ ਵਿੱਚ ਸਰਦਾਰ ਗੁਰਚੇਤ ਸਿੰਘ ਜੀ ਭੁੱਲਰ ਇੱਕ ਨੇ, ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਉਹ ਆਉਣ ਤੇ ਸਤਿਕਾਰਯੋਗ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ। ਸਰਦਾਰ ਗੁਰਚੇਤ ਸਿੰਘ ਜੀ ਭੁੱਲਰ, ਸਾਬਕਾ ਸਿੰਚਾਈ ਮੰਤਰੀ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਮਹਾਰਾਜ ਜੀ ਹਜ਼ੂਰੀ ਬੈਠੇ, ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀਓ ਭੈਣੋ ਅਤੇ ਬੀਬੀਓ, ਮਨਾਵਾ ਸਾਹਿਬ ਨੇ ਹੁਣੇ ਬੇਨਤੀ ਕੀਤੀ ਸੀ ਕਿ ਥੋੜ੍ਹਾ ਜਿਹਾ ਸਮਾਂ ਦੇ ਦਿਓ ਸਾਨੂੰ, ਅਤੇ ਗਾਹ ਤੁਹਾਡਾ ਖੁੱਲ੍ਹਾ ਟਾਈਮ ਹੈ। ਮੈਨੂੰ ਅੱਜ ਇਹ ਲੱਗ ਰਿਹਾ ਸੀ ਵੀ ਸ਼ਾਇਦ ਮਨਾਵਾ ਸਾਹਿਬ ਮੈਨੂੰ ਟਾਈਮ ਨਾ ਹੀ ਦੇਣ। ਸ਼ੁਕਰੀਆ ਮਹਾਰਾਜ ਦਾ ਜੋ ਨਾ ਜਿੰਦਾ ਕਰ ਲਿਆ, ਅਸੀਂ ਭਾਉ ਭਾਂਗੇ, ਤਕੜਾ ਬੰਦਾ ਹੈ, ਜਵਾਨ ਆ, ਲੰਮਾ ਚੌੜਾ ਉੱਚਾ ਜਵਾਨ ਆ, ਮੈਂ ਅੱਗ ਵੀ ਨਹੀਂ ਹੋ ਸਕਦਾ, ਉਮਰ 'ਚ ਵੀ ਮੇਰੇ ਤੋਂ ਤਕੜੇ ਆ, ਵੱਡੇ ਆ, ਜਵਾਨ ਹੈ, ਮਤਲਬ ਛੋਟੇ ਨੇ। ਸੋ ਮਿਹਰਬਾਨੀ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ। ਅੱਜ ਅਸੀਂ ਮਾਤਾ ਸੁਰਜੀਤ ਕੌਰ ਜੀ ਦੀ ਅੰਤਮ ਦਾ ਸ਼ਾਮਿਲ ਹੋਣ ਲਈ ਅੱਜ ਉਹਨਾਂ ਸ਼ਰਧਾ ਫੁੱਲ ਭੇਟ ਕਰ ਰਹੇ ਹਾਂ। ਜਿਹਾ ਜਿਹਨੇ ਲਿਖਿਆ ਤਿਹਾ ਉਹ ਘੁਮਾਏ, ਇਕੱਲੇ ਆਏ ਨਾਨਕਾ ਸੱਜੇ ਉੱਠ ਜਾਏ, ਤੇ ਮਹਾਂਵਾਕ ਅਨੁਸਾਰ ਪਰਮਾਤਮਾ ਨੂੰ ਬਖਸ਼ੀ ਕੀਤੀ ਆਈ ਉਹ ਭੋਗ ਕੇ ਇਸ ਸੰਸਾਰ ਤੋਂ ਸਦਾ ਸਦਾ ਵਾਸਤੇ ਵਿਛੜ ਗਏ। ਮੰਡਲ ਖਾਏ ਮੰਡਲ ਮੈਂ ਆਏ, ਕੋਈ ਵੀ ਇਨਸਾਨ, ਕੋਈ ਵੀ ਪ੍ਰਾਣੀ, ਕੋਈ ਵੀ ਜੀਵ ਜਦੋਂ ਦੁਨੀਆਂ 'ਚ ਪੈਦਾ ਹੁੰਦਾ ਹੈ, ਉਸ ਲਈ ਉਹਦਾ ਅਖੀਰਲਾ ਸਥਾਨ ਜਾਂ ਭੂਮੰਡਲਾ ਕਹਿੰਦੇ ਹੋ, ਉਹ ਟਾਈਮ ਸਾਰੇ ਨਿਸ਼ਚਿਤ ਹੋਏ ਆ। ਅੱਜ ਤੱਕ ਇੱਕ ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋ ਸਕਿਆ, ਇਹ ਸਾਰੀ ਖੇਡ ਸੱਚੇ ਪਾਤਸ਼ਾਹ ਨੇ ਆਪਦੇ ਹੱਥਾਂ 'ਚ ਰੱਖੀ ਹੈ। ਇਹ ਪਰਿਵਾਰ ਮੇਰਾ ਬਹੁਤ ਹੀ ਗਰੀਬੀ ਪਰਿਵਾਰ ਆ। ਜਦੋਂ ਤੋਂ ਮੈਂ ਸਿਆਸਤ 'ਚ ਪੈਰ ਰੱਖਿਆ, ਉਸ ਦੇ ਤੋਂ ਹੀ ਮੇਰਾ ਇਸ ਪਰਿਵਾਰ ਦੇ ਨਾਲ ਮੇਲ ਹੋਇਆ। ਔਰ ਅੱਜ ਤੱਕ ਇੱਕ ਸਾਂ ਖਲੋਣ ਵਾਲਾ, ਬਗੈਰ ਕਿਸੇ ਲਾਲਚ ਲੋਭ ਤੋਂ, ਇਹ ਇੱਕ ਇਹੋ ਜਿਹਾ ਪਰਿਵਾਰ ਹੈ। ਅੱਜ ਮਾਤਾ ਸੁਰਜੀਤ ਕੌਰ ਦੀ ਜਾਨ ਦੇ ਨਾਲ ਬਹੁਤ ਵੱਡੀ ਕਾਂਟ ਆਈ ਹੈ। ਮਨਾਵਾ ਸਾਹਿਬ ਬੜਾ ਦੱਸ ਕੇ ਗਏ, ਹੋਣੀ ਉਹ ਹੀ ਪਰਿਵਾਰ ਤਰੱਕੀ ਕਰਦਾ ਜਿਹਦੇ ਮਗਰ ਕਿਸੇ ਨਾ ਕਿਸੇ ਹੋਰ ਦਾ ਹੱਥ ਆ। ਤੁਸੀਂ ਪਿਛਾ ਧਿਆਨ ਮਾਰ ਲਓ ਜਿੱਥੇ ਮਰਜ਼ੀ, ਜੈ ਸਰ ਮਨਸਿੰਘ ਇਸ ਨਗਰ ਦੇ ਸੇਵਾ ਕੀਤੀ ਬਹੁਤ ਵਾਰੀ ਬਤੌਰ ਸਰਪੰਚ, ਔਰ ਡਾਇਰੈਕਟਰ ਵੀ ਰਹੇ ਮਾਰਕੀਟ ਕਮੇਟੀ ਦੇ, ਔਰ ਇਹਨਾਂ ਮਾਤੇ ਸਿੱਖਿਆ ਦੇ ਨਾਲ ਉਹ ਹੀ ਬੰਦਾ ਤਰੱਕੀ ਕਰਦਾ ਹੈ, ਚਾਹੇ ਉਹ ਭਲਵਾਨ ਹੋਵੇ, ਚਾਹੇ ਉਹ ਲੀਡਰ ਬਣ ਜਾਏ, ਚਾਹੇ ਕੋਈ ਅਫਸਰ ਬਣ ਜਾਏ, ਇਹ ਸਾਰਾ ਹੀ ਮਾਤਾ ਦਾ ਹੱਥ ਹੁੰਦਾ ਹੈ। ਠੀਕ ਆਖਿਆ ਹੁਣੇ ਮਾਵਾਂ ਠੰਡੀਆਂ ਛਾਵਾਂ, ਮਾਂ ਦੇ ਬੋੜ ਦੀ ਨਿਆਈ ਆ, ਬੋੜ ਦਾ ਦਰਖਤ ਸਾਰੀ ਗਰਮੀ ਆਪਦੇ ਚੱਲ ਕੇ ਜਿਹੜਾ ਥੱਲੇ ਬਿਠਾ ਰਾਹੀ ਉਹਨੂੰ ਠੰਡ ਦਿੰਦਾ ਹੈ, ਸਿਆਲ ਦੇ ਦੇਣ ਹੋਣ ਸਾਰੀ ਠੰਡ ਚੱਲ ਕੇ ਥੱਲੇ ਵਿੱਚ ਡਿੱਗ ਦਿੰਦਾ ਹੈ। ਯਾਰ ਉਹ ਕੋਹ ਮਾਰ ਕੇ ਰਾਤਾ ਹੁਣ ਬੱਚਾ ਪਿਸ਼ਾਬ ਕਰ ਦਿੰਦਾ ਹੈ, ਉਹਨੂੰ ਸਾਰੀ ਰਾਤ ਹੀ
ਸੁੱਕੇ ਥਾਂ ਤੇ ਰੱਖ ਕੇ ਆਪ ਕੇ ਲਈ ਸਾਡੇ ਕੱਢਦੀ ਹੈ। ਇਹ ਕੇਵਲ ਤੇ ਕੇਵਲ ਮਾਂ ਦਾ ਜੇਰਾ ਹੈ। ਸਾਡੇ ਥੱਲੇ ਜੇ ਕਿਤੇ ਬਿਸਤੇ ਮਾੜਾ ਜਿਹਾ ਪਾਈ ਡੁੱਲ ਜੇ ਨਾ ਤੇ ਬੋੜੀ ਬੋੜੀ ਘਰ ਉੱਠਦੇ ਆ। ਧੰਨ ਮਾਂ ਦਾ ਜੇਰਾ। ਤੇ ਜਿਹੜੀ ਵੀ ਮਾਂ ਇੰਨੀ ਬੱਚੇ ਵਾਸਤੇ ਕਰਦੀ ਆ ਤੇ ਸਾਡਾ ਵੀ ਫਰਜ਼ ਬਣਦਾ ਕੋਈ ਆਪਦੀ ਮਾਤਾ ਪਿਤਾ ਸੇਵਾ ਕਰਨ ਦਾ। ਜਿਨ੍ਹਾਂ ਨੇ ਆਪਦੇ ਮਾਂ ਬਾਪ ਦੀ ਸੇਵਾ ਕੀਤੀ ਉਹਦੇ ਬੱਚਿਆਂ ਨੇ ਉਸ ਤਰ੍ਹਾਂ ਸੇਵਾ ਕੀਤੀ। ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਇਸ਼ਨਾਨ ਕਰਦੇ ਹਾਂ, ਮੱਥਾ ਟੇਕਦੇ ਹਾਂ, ਜਾਣਾ ਚਾਹੀਦਾ ਵੱਧ ਤੋਂ ਵੱਧ ਜਾਓ, ਜਿੰਨਾ ਵੀ ਜਾਓਗੇ ਉਹਦਾ ਹੀ ਥੋੜ੍ਹਾ ਹੈ। ਪਰ ਇੱਕ ਤੀਰਥ ਆ ਤੁਹਾਡੇ ਘਰ 'ਚ ਆ, ਤੁਹਾਡੀ ਮਾਤਾ, ਤੁਹਾਡਾ ਪਿਤਾ, ਉਹਨਾਂ ਤੀਰਥਾਂ ਤੋਂ ਆ ਕੇ ਜੋ ਅਸੀਂ ਆਪਦੇ ਮਾਂ ਬਾਪ ਨੂੰ ਮਾੜਾ ਚੰਗਾ ਬੋਲਾਂਗੇ, ਗਾਲਾਂ ਕੱਢਾਂਗੇ, ਬੁਰਾ ਭਲਾ ਆਖਾਂਗੇ ਤਾਂ ਸਾਨੂੰ ਫਲ ਵੀ ਕਿਵੇਂ ਲੱਗੂਗਾ? ਫਲ ਨਹੀਂ ਲੱਗਣਾ। ਸੋ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ। ਮਾਤਾ ਜੀ ਦੀ ਉਮਰ ਤਕਰੀਬਨ 100 ਸਾਲ ਦੇ ਕਰੀਬ ਜਾਂ ਵੱਧ ਜਾਂ ਕੁਝ ਸਾਲ 2 ਸਾਲ ਘੱਟ ਹੋਣੀ ਆ। ਬਹੁਤ ਸੋਹਣੀ ਮੇਰੇ ਭੋਗੀ ਉਹਨਾਂ ਔਰ ਅਖੀਰ ਤੀ ਕਿੱਦਾਂ ਦਰੁਸਤ ਰਹੇ ਨੇ, ਇਹੋ ਹੀ ਆਪਾਂ ਸੁਖੇ ਸੱਚੇ ਪਾਤਸ਼ਾਹ ਅਸੀਂ ਤੁਰਦੇ ਫਿਰਦੇ ਜਾਈਏ, ਆਪਾਂ ਸਾਰੇ ਇਹੋ ਅਰਦਾਸ ਕਰਦੇ ਹਾਂ, ਸਾਨੂੰ ਦੁੱਖ ਨਾ ਚੱਲਣਾ ਪਏ। ਸੋ ਤਕਰੀਬਨ ਚੱਲਦੇ ਫਿਰਦੇ ਮਾਤਾ ਜੀ ਗਏ ਨੇ। ਅਹਿਸਾਰ ਬਸਰ ਉਹਨਾਂ ਦੇ ਜਾਣ ਦੇ ਬਹੁਤ ਘੱਟ ਆ ਗਿਆ। ਮੈਂ ਗੱਲ ਕਰ ਰਿਹਾ ਸੀ ਵੀ ਜਿਨ੍ਹਾਂ ਪਰਿਵਾਰਾਂ ਨੇ ਤਰੱਕੀ ਕੀਤੀ ਉਹਦੇ ਪਿੱਛੇ ਕਿਸੇ ਹੋਰ ਦਾ ਹੱਥ ਆ। ਕਈ ਬੀਬੀਆਂ ਇਹੋ ਜਿਹੀਆਂ ਹੁੰਦੀਆਂ ਨੇ ਪਰਾਹੁਣੇ ਘਰ 'ਚ ਆ ਜਾਣ ਅਤੇ ਬੁਰਾ ਭਲਾ ਕਰਦੀਆਂ ਹੁੰਦੀਆਂ ਨੇ ਅਤੇ ਘਰ ਉਸਨੇ ਤਰੱਕੀ ਕਰਦੀਆਂ ਜਿੱਥੇ ਅੰਨ ਪਾਣੀ ਮਿਲੇ, ਜਿੱਥੇ ਚਾਹ ਪਾਣੀ ਮਿਲੇ। ਅਤੇ ਮੇਲਾ ਕਿਸ ਤਰ੍ਹਾਂ ਹੈ, ਬੀਬੀਆਂ ਵੱਲੋਂ ਮਿਲਦਾ। ਇੱਕ ਦਿਨ ਇੱਕ ਪਰਾਹੁਣਾ ਬੰਦਾ ਸੀ, ਉਹਨੇ ਆਖੇ ਰੋਜ਼ ਆਪਣੇ ਘਰ ਰੋਟੀ ਖਾਂਦਾ, ਸ਼ਰਾਬ ਪੀਂਦਾ, ਅੱਜ ਆਪ ਇਹਦੇ ਘਰ ਕੇ ਚੱਲਦੇ ਯਾਰ। ਉਹ ਰਾਤ ਦੇ ਨਾ ਉਹਦੇ ਘਰ ਤੁਰ ਪਏ 5-6 ਜਣੇ। ਉਹਨੇ ਆਖਿਆ ਕਿ ਜਦੋਂ ਮੈਂ ਘਰ ਜਾਂਦਾ ਹੈ ਨਾ ਤਾਂ ਉਹ ਮੈਨੂੰ ਸਵਾਰੀ ਜਿਹੜੀ ਉਹ ਪੈ ਜਾਂਦੀ, ਚਾਰੇ ਪੁੜ ਚੁੱਕ ਕੇ ਪੈ ਜਾਂਦੀ ਆ, ਗਾਲਾਂ ਵਕੀਲ ਨਹੀਂ ਹੈ, ਮੈਨੂੰ ਕੁੱਟ ਵੀ ਨਹੀਂ ਦੀ ਕਈ ਵਾਰ, ਅਤੇ ਮੇਰੀ ਕਿਤੇ ਬੀਤੀ ਨਾ ਹੋ ਜੇ। ਉਹ ਮੇਰੇ ਉਹਨੇ ਕਹਿ ਕਾਲਾ ਕਾਲਾ ਤੁਰ ਪਿਆ, ਅੱਗੇ ਚੱਲ ਤੁਰ ਪਿਆ। ਆਂਹਦਾ ਸਵਾਣੀ ਅੱਜ ਵੀ ਕੁਛ ਆਖੀ ਨਾ, ਅੱਜ ਮੇਰੇ ਬੜੇ ਹੀ ਵਧੀਆ ਪ੍ਰਾਹੁਣੇ ਆਏ ਆ, ਬੜੀ ਇੱਜ਼ਤ ਵਾਲੇ ਆ। ਉਹ ਟੁੱਟ ਕੇ ਪੈ ਗਈ। ਆਂਹਦੀ ਇਹੋ ਜਿਹੀ ਇੱਜ਼ਤ ਵਾਲੇ ਹੁੰਦੇ ਜਿਹੜੇ ਰਾਤ ਦੇ 11 ਵਜੇ ਲੋਕਾਂ ਦੇ ਘਰ ਤੁਰੇ ਫਿਰਨ ਆਏ। ਉਹ ਵਿਚਾਰੇ ਸ਼ਰਮਿੰਦੇ ਹੋ ਗਏ, ਉੱਥੇ ਮੁੜ ਗਏ। ਉਹ ਵੀ ਬੀਬੀਆਂ ਹੁੰਦੀਆਂ ਨੇ, ਉੱਥੇ ਤਰੱਕੀ ਵੀ ਕੀ ਹੋਣੀ ਪਈ। ਅੱਜ ਤੋਂ ਬੀਬੀਓ ਮੇਰੀ ਗੱਲ ਪੱਲੇ ਬੰਨ ਲਓ, ਰੋਟੀ ਪਾਣੀ ਸਾਰੀਆਂ ਤਗੜੀਆਂ ਖਵਾਓ, ਚਾਹ ਪਾਣੀ ਪਿਲਾਓ, ਬੜੀ ਮਹਾਰਾਜ ਕਿਰਪਾ ਹੈ, ਮੱਥੇ ਵੱਟ ਨਹੀਂ ਪਾਉਣਾ ਚਾਹੀਦਾ। ਅੱਜ ਦਾ ਜਿਹੜਾ ਇਕੱਠ ਆ ਇਹ ਤੁਹਾਡੇ ਲੰਗਰ ਪਾਣੀ ਦਾ ਇਕੱਠ ਜੇ, ਤੁਹਾਡੇ ਚਾਹ ਪਾਣੀ ਦਾ ਇਕੱਠ ਜੇ, ਅੱਜ ਜਿੰਨੀਆਂ ਸੰਗਤ ਆਈ ਆ ਠਾਠਾ ਮਾਰ ਦਾ ਇਕੱਠ ਆ, ਰੈਲੀ ਬੜੀ ਪਈ। ਜੇ ਚੁੱਲ੍ਹਾ ਤਪਦਾ ਤਾਂ ਤਾਂ ਹੀ ਇਹ ਆ, ਉਹ ਵੀ ਘਰ ਹੈਗੇ ਜਿਹਦੇ ਕੋਈ ਜਾਂਦਾ ਨਹੀਂ ਗਾ। ਸੋ ਉਹ ਬੰਦਾ ਤਰੱਕੀ ਕਰ ਸਕਦਾ ਜਿਹਦੇ ਸੱਜਣ ਦੋਸਤ ਰਿਸ਼ਤੇਦਾਰ ਚੰਗੇ ਹੋਣ। ਮੈਂ MLA ਬਣਿਆ, ਵਜ਼ੀਰ ਬਣਿਆ ਔਰ ਇਹਨਾਂ ਪਰਿਵਾਰਾਂ ਦੇ ਸਿਰ 'ਤੇ ਬਣਿਆ। ਚੰਗੇ ਸਾਥੀ ਮਿਲ ਗਏ, ਚੰਗੇ ਦੋਸਤ ਮਿਲ ਗਏ ਅਤੇ ਤਾਂ ਹੀ ਬੰਦੇ ਇੱਥੇ ਪਹੁੰਚ ਸਕਦਾ। ਮਾੜੇ ਸੱਜਣ ਮਿਲ ਜਾਣ, ਮਾੜੇ ਰਿਸ਼ਤੇਦਾਰ ਮਿਲ ਜਾਣ, ਉਹ ਪਛਾਣ ਖਿੱਚ ਕੇ ਲਿਆਉਂਦੇ ਆ। ਪਰ ਅੱਜ ਮੈਂ ਕਈ ਤੇ ਇਹ ਗੱਲ ਵੇਖੀ ਆ, ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਮਾਤਾ ਪਿਤਾ, ਤੇ ਕਈਆਂ ਨੂੰ ਘਰੋਂ ਕੱਢਿਆ ਵੇਖਿਆ, ਕਈਆਂ ਆਪਦੇ ਬਾਪ ਨੂੰ ਘਰੋਂ ਕੱਢਿਆ, ਤੇ ਉਹ ਕਈਆਂ ਨੇ ਇਹ ਗੱਲ ਕੀਤੀ ਆ ਜਿੱਦਾਂ ਪਸ਼ੂ ਬਣਨੇ ਹੁੰਦੇ ਆ ਨਾ, ਮਾਂ ਇੱਕ ਮੁੰਡੇ ਨਾਲ ਹੋ ਜਾਂਦੀ ਆ ਤੇ ਪਿਓ ਇੱਕ ਮੁੰਡੇ ਨੂੰ ਘੱਲ ਦਿੰਦੇ ਆ, ਉਹਨਾਂ ਨੂੰ ਇਕੱਠਿਆਂ ਵੀ ਨਹੀਂ ਰਹਿਣ ਦਿੰਦੇ। ਮੇਰਾ ਰਿਸ਼ਤੇਦਾਰ ਆਇਆ ਪਿੱਛੇ ਜੇ ਗਵਾਲੀਅਰ ਤੋਂ, ਬੜੇ ਸਹੀ ਜਿਹੇ ਨੇ, ਬੜਾ ਵਧੀਆ ਕੰਮ ਕਰ ਰਿਹਾ। ਮੈਂ ਪਿੱਛੇ ਕਿੱਦਾਂ ਕਿੱਦਾਂ ਰਹਿ ਰਹੇ ਜੀ, ਆਂਦਾ ਫਲਾਣੇ ਮੁੰਡੇ ਦੀ ਕੋਠੀ ਇੱਧਰ ਪਾਈ ਆ, ਦੂਜੇ ਦੀ ਇੱਧਰ ਪਾਈ ਆ, ਤੀਜੇ ਦੀ ਇੱਧਰ ਪਾਈ ਆ, ਅਤੇ ਮੈਂ ਤੇਰਾ ਐਂ ਮੈਂ ਫਲਾਣੇ ਨਾਲ ਆਇਆ,
ਤੇ ਬੁਰੀ ਇਹ ਪੁਰਾਣੇ ਮੁੰਡੇ ਦਾ ਰਹਿੰਦੀ ਹੈ। ਮੈਂ ਸ਼ਾਬਾਸ਼ ਤੁਹਾਡੇ, ਇਹ ਉਹ ਜੁਦੀ ਇਕੱਠੇ ਦੁੱਖ ਸੁੱਖ ਦੀ ਇਕੱਠੇ ਰਹਿੰਦੀ ਔਰ ਸੇਵਾ ਕਰਦੀ। ਪਰ ਮੇਰੀ ਬੇਨਤੀ ਜੀ ਆ ਸਾਰੇ ਭਰਾਵਾਂ ਨੂੰ, ਮਾਂ ਬਾਪ ਨੂੰ ਸਾਰਿਆਂ ਦੇ ਆ, ਤੇ ਇਕੱਠੇ ਰਹਿੰਦਿਆ ਕਰੋ। ਮੈਂ ਵੀ ਬਜ਼ੁਰਗ ਹੀ ਆਉਣ ਤੇ ਸਾਡਾ ਧਿਆਨ ਕਰੋ ਸਾਰਿਆਂ ਦਾ। ਇਸ ਕਰਕੇ ਮਾਂ ਬਾਪ ਦੀ ਸੇਵਾ ਕਰੋ, ਸਭ ਤੋਂ ਵੱਡੀ ਸ਼ਰਧਾਂਜਲੀ ਇਹੋ ਜੀ। ਅੱਜ ਜੋ ਇੱਥੇ ਵੇਖਿਆ ਮਨਾਵਾ ਸਾਹਿਬ ਨੇ, ਪਹਿਲੀ ਗੱਲ ਤਾਂ ਮਨਾਵਾ ਸਾਹਿਬ ਤੋਂ ਬੋਲਣ ਦਾ ਕੋਈ ਸਾਡਾ ਮਤਲਬ ਨਹੀਂ ਰਹਿ ਜਾਂਦਾ, ਕੋਈ ਕਸਰ ਨਹੀਂ ਰਹਿ ਜਾਂਦੇ। ਬਹੁਤ ਸਿਆਣੇ ਨੇ, ਹਰ ਪੱਖ ਦਾ ਹਰ ਚੀਜ਼ ਉਹ ਲੈਂਦੇ ਨੇ। ਸੋ ਸਿਆਣਿਆਂ ਦੇ ਇੰਨੀ ਖੁਸ਼ੀਆਂ ਆਈਆਂ ਆਏ ਹੋ ਜੀ। ਗੁਰੂ ਮਹਾਰਾਜ ਚਰਨਾਂ ਲਾ ਕੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਚਰਨਾਂ ਨੂੰ ਆਸ ਬਖਸ਼, ਸਾਰੇ ਪਰਿਵਾਰ ਨੂੰ, ਸਾਥੀਆਂ ਨੂੰ, ਦੋਸਤਾਂ ਨੂੰ, ਮਿੱਤਰਾਂ ਭਾਣਾ ਮੰਨਣ ਦਾ ਬਾਤ ਬਖਸ਼। ਇੰਨੇ ਸ਼ਬਦ ਕਹਿ ਕੇ ਮੈਂ ਉਹਨਾਂ ਸ਼ਰਧਾ ਫੁੱਲ ਕਰਦਾ। ਔਰ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਜਿਹੜੇ ਆਪਦੇ ਬਹੁਤ ਕੀਮਤੀ ਟਾਈਮ ਕੱਢ ਕੇ ਆਇਆ ਜੀ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਕੁਕਾ ਲੰਗਰ ਅਤੁੱਟ ਵਰਤਿਆ। ਸਾਰੇ ਵੀਰਾਂ ਨੂੰ ਨਿਮਰਤਾ ਸਾਹਿਤ ਪਰਿਵਾਰ ਵੱਲੋਂ ਬੇਨਤੀ ਹੈ ਕਿ ਵੈਸੇ ਤਾਂ ਠੰਡਾ ਬੈਠ ਵੀ ਜਾਓ, ਨਾਲ ਦੀ ਨਾਲ ਲੰਗਰ ਵੀ ਚੱਲ ਰਿਹਾ। ਬਾਬਾ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆਉਂਦਾ, ਸਹਿਜੇ ਸਹਿਜੇ ਸੇਵਾ ਕਰਨ, ਸੁੱਖ ਆਸਣ ਕਰਨ, ਸੰਗਤ ਤਾਂ ਉੱਠ ਕੇ ਜਾਏਗੀ। ਔਰ ਜਿਹੜੀਆਂ ਗੱਲਾਂ ਮੈਂ ਬੈਠਾ ਦੇਖ ਰਿਹਾ ਸੀ ਕਿ ਰਿਕਾਰਡਿੰਗ ਚੱਲ ਰਹੀ ਹੈ, ਅਤੇ ਅਸਲ ਦੇ ਵਿੱਚ ਇਹ ਹੁੰਦਾ ਹੈ ਜਦੋਂ ਬੰਦੇ ਦੀ ਉਮਰ ਦਾ ਤਕਾਜ਼ਾ ਹੁੰਦਾ ਬੋਲਣ ਦਾ, ਕੋਈ ਨੌਜਵਾਨ ਮੁੰਡਾ ਭੁੱਲਰ ਸਾਹਿਬ ਵਾਲੀ ਗੱਲ ਬੋਲੇਗਾ ਤਾਂ ਹੋਰ ਤਰ੍ਹਾਂ ਲੱਗੇ। ਉਹਨਾਂ ਦੀ ਉਮਰ ਦਾ ਤਕਾਜ਼ਾ ਹੈ, ਉਹਨਾਂ ਨੇ ਉਮਰ ਵਿੱਚ ਸਭ ਕੁਛ ਹੰਢਾਇਆ ਹੈ। ਉਹਨਾਂ ਜੋ ਕੁਝ ਵੀ ਬੀਬੀਆਂ ਨੂੰ ਕਿਹਾ, ਉਹਨਾਂ ਆਪਣੀਆਂ ਧੀਆਂ ਅਤੇ ਭੈਣਾਂ ਸਮਝ ਕੇ ਕਿਹਾ, ਉਹਨਾਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਉਹ ਸਾਰੀਆਂ ਸਾਡੇ ਸਾਰਿਆਂ ਵਾਸਤੇ ਸਿੱਖਿਆਦਾਇਕ ਨੇ। ਇਸ ਕਰਕੇ ਆ ਰਿਕਾਰਡਿੰਗ ਵਾਲਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਐਵੇਂ ਨਾ ਜਾ ਕੇ ਕਿਸੇ ਤੋਂ ਪੈਸੇ ਲੈ ਕੇ ਟੈਲੀਵਿਜ਼ਨ 'ਤੇ ਸੁਣਾ ਦਿਓ ਜੇ ਕਿ ਮਤਲਬ ਭੁੱਲਰ ਸਾਹਿਬ ਸਟੇਜ ਤੋਂ ਆਹ ਗੱਲ ਕਹਿ ਰਹੇ ਆ। ਸੋ ਮੇਰੀ ਇਹ ਨਿਮਰਤਾ ਸਾਹਿਤ ਬੇਨਤੀ ਆ, ਕਿਉਂਕਿ ਉਹਨਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਆਪਣੇ ਦਿਲ 'ਚੋਂ ਕੀਤੀਆਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਐਵੇਂ ਹੀ ਆ ਬੁੱਢਿਆਂ ਬੰਦਿਆਂ ਦੇ ਰਹਿਣ ਵਾਸਤੇ ਉਹ ਬਿਰਧ ਆਸ਼ਰਮ ਬਣਾ ਦਿੱਤੇ, ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਅਨੂਪ ਸਿੰਘ ਭੁੱਲਰ ਨੇ ਗੱਲ ਬੜੀ ਵਧੀਆ ਕਹੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੋ ਸਲੋਕ ਦੇ ਉਹਨਾਂ ਨੇ ਲਫ਼ਜ਼ ਪੜ੍ਹੇ, ਕਿਉਂਕਿ ਇਹੀ ਕਾਰਨ ਆ। ਸੋ ਇੱਥੇ ਹੀ ਸਮਾਪਤੀ ਹੈ, ਸਾਰੇ ਸਿੰਘ ਪ੍ਰਸ਼ਾਦ ਲੈ ਕੇ ਇਹ ਨਿਮਰਤਾ ਸਾਹਿਬ ਬੇਨਤੀ ਹੈ, 50-70 ਮਿੰਟਾਂ ਨਾਲ ਤੁਹਾਨੂੰ ਫਰਕ ਹੋਣੀ ਪੈਣਾ ਤੇ ਤੁਹਾਨੂੰ ਚਲ ਬਾਈ ਚੱਲ ਬਾਈ ਬਜਾਏ ਮਾੜਾ ਜਿਹਾ ਘੰਟੀ ਮੈਨੂੰ ਅੱਧੇ ਘੰਟੇ ਨਹੀਂ ਆਉਂਦਾ ਜਾਣ ਨੂੰ।